ਨੇ ਸਹੀ ਨਹੀਂ ਹੋਇਆ ਸੀ ਮੈਂ ਮੁੰਡੇ ਦੇ ਡੈਡੀ ਨੇ ਘੁੱਟਿਆ ਹੀ ਬਹੁਤ ਕਿਉਂ ਯਾਰ ਹਨਾ ਮੈਂ ਛੋਟਾ ਹੁੰਦਾ ਸੀਗਾ ਤੇ ਮੈਂ ਬਾਈ ਉੱਥੇ ਜਾ ਰਿਹਾ ਸੀਗਾ ਲੰਗਰ ਖਾਣਾ ਸਾਡੇ ਗੁਰਦੁਆਰਾ ਸਾਹਿਬ ਆ ਬਾਰ-ਬਾਰ ਤੇ ਮੈਂ ਉਹਦੇ ਮੁੰਡਾ ਉਹਦਾ ਮੁੰਡਾ ਹੀ ਮੇਰਾ ਫਰੈਂਡ ਸੀਗਾ ਤੇ ਹੁਣ ਵੀ ਫਰੈਂਡ ਹੀ ਆ ਤੇ ਕਦੇ-ਕਦੇ ਉਹ ਉਹਦਾ ਫੇਸ ਦੇਖ ਕੇ ਹਾਸਾ ਆਇਆ ਯਾਰ ਕੀ ਗੱਲਾਂ ਨੇ ਬਹੁਤ ਘੈਂਟ ਦੀ ਟਾਈਮ-ਟਾਈਮ ਦੇ ਚੀਜ਼ਾਂ ਬੋਲਦੇ ਆ ਟਾਈਮ-ਟਾਈਮ ਦੇ ਚੀਜ਼ਾਂ ਬੋਲਦੇ ਆ ਹਨਾ ਤੇ ਫਿਰ ਜੀ ਆ ਵੀ ਹੋਣੀ ਨਹੀਂ ਨਹੀਂ ਵਿੱਜੀ ਆ ਕਿਉਂ ਵਿਆਹ ਕਰਾਵਾਂਗੇ ਕਿਰੇ ਕੀ ਬਿਆ ਗਰਾਵਾਗੇ ਵੀਰੇ ਕੀ ਆਈ ਕਰਾਵਾਂਗੇ ਤੁਸੀਂ ਤਾਂ ਹਾਂਜੀ ਤੁਸੀਂ ਹੋਰ ਵੀ ਕਨਸੈਪਟ ਦੇ ਬਣਾਉਂਦੇ ਹੋ ਹੋਰ ਕਨਸੈਪਟ ਵੀਰੇ ਮੇਰੇ ਤਿੰਨ ਚਾਰ ਵਾਰੀ ਪ੍ਰਿੰਡਾਂ ਲੜ ਗਈਆਂ ਹੱਥਾਂ ਦੇ ਕਿ ਉਹ ਗੱਲ ਆ ਜਾਂਦੀ ਆ ਦਿਮਾਗ 'ਚ ਤੇ ਅੱਜ ਵੀ ਲੜ ਗਈ ਆਉਂਦੇ ਆਉਂਦੇ ਦੇ ਹੱਥ ਦੇ ਪ੍ਰਿੰਡਾਂ ਲੜ ਗਈ ਵਾ ਪ੍ਰਿੰਡ ਪਰੋਡ ਦੇ ਕਰੇ ਇਦਾਂ ਵੀ ਜੇ ਲੜਨਾ ਹੀ ਸੀ ਕੰਬਲੀ ਤੇ ਹੱਥ ਪੈਰ ਤੇ ਲੜ ਜਾਂਦੀ ਤੂੰ ਤਾਂ ਮੇਰਾ ਲੋਕਾਂ ਪੂਰੇ ਮੂੰਹ ਦਿਖਾਉਣ ਚੱਲਿਆ ਉਹ ਨਹੀਂ ਛੱਡਿਆ ਭਾਈ ਲੋਕ ਛੱਡ ਕਿਉਂ ਜਾਂਦੇ ਨੇ ਭਾਈ ਬਿਨਾ ਕਿਸੇ ਗਲਤੀ ਤੋਂ ਕਸੂਰ ਕੱਢ ਜਾਂਦੇ ਨੇ ਜਿੰਨਾ ਮਰਜ਼ੀ ਕਰ ਲਈ ਕਿਸੇ ਦਾ ਛੱਡਣ ਵਾਲੇ ਤਾਂ ਛੱਡੀ ਜਾਂਦੇ ਨੇ ਐਸੇ ਤੁਹਾਡੀ ਕੋਈ ਆਪਣੀ ਲਿਖੀ ਫੇਵਰੇਟ ਸ਼ਾਇਰੀ ਵੀ ਹੋएगी ਹਾਂਜੀ ਹੈਗੀ ਹੈ ਜੀ ਸੁਣਾਉਣਾ ਚਾਹੋਗੇ ਜਰੂਰ ਜੀ ਕਹਿੰਦਾ ਟੁੱਟੇ ਨਹੀਂ ਸੀ ਤੜਾਏ ਗਏ ਆ ਟੁੱਟੇ ਨਹੀਂ ਸੀ ਤੜਾਏ ਗਏ ਆ ਰੋਏ ਨਹੀਂ ਸੀ ਵੀਰੇ ਰਵਾਏ ਗਏ ਆ ਚੰਗੇ ਨਹੀਂ ਸੀ ਚੱਲ ਮੰਨ ਲਿਆ ਪਰ ਐਨੇ ਮਾੜੇ ਵੀ ਨਹੀਂ ਸੀ ਜਿੰਨੇ ਬਣਾਏ ਗਏ ਵੀ ਕਈ ਬੰਦੇ ਹੁੰਦੇ ਆ ਵੀ ਹਾਂ ਅਸੀਂ ਤਾਂ ਟੁੱਟੇ ਆ ਹੋਰਾਂ ਨੂੰ ਵੀ ਤੋੜਾਂਗੇ ਨਹੀਂ ਵੀਰੇ ਇਦਾਂ ਤੇ ਨਹੀਂ ਮੈਂ ਸੋਚਿਆ ਵੀ ਕਿਸੇ ਦੀ ਲਾਈਵ ਕਰਾਵਾਂ ਜਾਂ ਵੀ ਮਤਲਬ ਮੈਂ ਜੇ ਮੈਨੂੰ ਕੋਈ ਕਹਿੰਦਾ ਵੀ ਆ ਆਉਂਦੇ ਨੇ ਕਈ ਵਾਰੀ ਅਜੇ ਚੀਜ਼ਾਂ ਵੀਰ ਨੂੰ ਮੈਨੂੰ ਬਹੁਤ ਵਧੀਆ ਲੱਗਦਾ ਜੇ ਆ ਬੋਆ ਨਾ ਪਰ ਮੈਂ ਕਹਿ ਦਿੰਨਾ ਵੀਰ ਮੇਰੇ ਕੋਲ ਤਾਂ ਨਹੀਂ ਅਜੇ ਤਾਂ ਪਹਿਲਾਂ ਹੀ ਟੁੱਟੇ ਪਿਆ ਦੂਰ ਹੀ ਰਹ ਵਧੀਆ ਰਹੇਗਾ ਬਸ ਵੀਰੇ ਇਹੀ ਕਹਿਣਾ ਚਾਹੁੰਦੇ ਆ ਵੀ ਹਿੰਮਤ ਨਹੀਂ ਹਾਰੀ ਦੀਂ ਜੀ ਤੇ ਮਿਹਨਤ ਕਰੀਦੀ ਹੁੰਦੀ ਆ ਬੋਲੇ ਹੋ ਜਾਈਦਾ ਕੋਈ ਨਹੀਂ ਤਾਂ ਲੋਕ ਕਹਿੰਦੇ ਰਹਿੰਦੇ ਆਗੇ ਵੀ ਤੂੰ ਹਟ ਜਾ ਜੇ ਇਹ ਕਰ ਲੈ ਜੇ ਤੁਸੀਂ ਕੁਝ ਬਣਨਾ ਚਾਹੁੰਦੇ ਹੋ ਤਾਂ ਮਿਹਨਤ ਨਾਲ ਸਾਰਾ ਕੁਝ ਕਰੋ ਬਾਕੀ ਬਾਈ ਲਾਈਫ ਇੱਕ ਟਾਈਮ ਮਿਲਦੀ ਆ ਜੇ ਮੈਂ ਕੁਝ ਬੋਲਦਾ ਹੁਣ ਮੈਨੂੰ ਕੋਈ ਗਲਤੀ ਹੋਈ ਨਹੀਂ ਦੀ ਉਹਨੂੰ ਦਿਲ ਤੇ ਨਾ ਲੈ ਕੇ ਜਾਇਆ ਕਰੋ ਕਿਉਂਕਿ ਮੇਰੇ ਤੇ ਆਪ ਲੱਗੀ ਹੋਈ ਆ ਵੀਰੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਵੀ ਮੈਂ ਜੀ ਸੋਦਾ ਨਾ ਵੀ ਮੈਂ ਜਿਹੜੀ ਚੀਜ਼ ਬੋਲੀ ਆ ਵੀ ਉਹ ਹਰੇਕ ਦੇ ਦਿਲ ਤੇ ਲੱਗੀ ਹੋਈ ਆ ਹਰੇਕ ਦੇ ਆ ਮੈਨੂੰ ਲੋਕ ਪਿਆਰ ਕਰਦੇ ਬਾਈ ਸਾਰੇ ਕਾਹੇ ਤੇ ਬੋਲਦਾ ਕੋ ਜੱਤਿਆਂ ਲਈ ਵੀ ਬੋਲਦੇ ਬਾਈ ਗਰੀਬੀ ਵੀ ਮੁਸੀਬਤ ਹੀ ਆ ਧੀਆਂ ਲਈ ਜੇ ਪਿਓ ਗਰੀਬ ਹੋਵੇ ਨਾ ਤਾਂ ਚੰਗੇ ਰਿਸ਼ਤੇ ਵੀ ਨਹੀਂ ਆਉਂਦੇ ਵਾਓ ਮੇਰੇ ਆ ਬੀਅੰਨਾ ਬਦਲਦਾ ਗਿਆ ਤੇ ਆਪ ਨੂੰ ਲੋਕ ਤਰਸਣਗੇ ਸਾਨੂੰ ਪਹਿਲਾਂ ਵਰਗਾ ਦੇਖੋ ਅਸੀਂ ਦਾਵਾ ਨਹੀਂ ਕਰਦੇ ਕਿ ਕੋਈ ਸਾਡੇ ਵਰਗਾ ਨਹੀਂ ਲੱਭਣਾ ਪਰ ਵਾਦਾ ਜ਼ਰੂਰ ਕਰਦੇ ਆ ਕਿ ਸਾਡੇ ਵਰਗਾ ਹੋ ਕੇ ਫਿਰ ਦਿਲ ਨੂੰ ਈਸੋਗਣਾ ਅੱਛਾ ਜਿਨੇ ਅੱਜਕੱਲ ਸਾਰੇ ਇੰਸਟਾਗ੍ਰam ਤੇ ਬਹੁਤ ਹੀ ਗਲਤ ਕੰਟੈਂਟ ਵੀ ਚੱਲਦੇ ਨੇ ਸਹੀ ਕੰਟੈਂਟ ਵੀ ਚੱਲਦੇ ਨੇ ਕਈ ਬੰਦੇ ਗਲਤ ਕੰਟੈਂਟ ਨੂੰ ਸਪੋਰਟ ਕਰਦੇ ਨੇ ਹੈਨਾ ਤੇ ਤੁਸੀਂ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਮੈਂ ਵੀ ਉਹਨਾਂ ਨੂੰ ਇਹੀ ਕਹਿਣਾ ਵੀ ਉਹ ਪਤਾ ਨਹੀਂ ਕਿਉਂ ਕਰਦੇ ਨੇ ਆਪਦੇ ਲਈ ਕਰਦੇ ਨੇ ਜਾਂ ਵਾਇਰਲ ਹੋਣ ਦੇ ਮਾਰੇ ਕਰਦੇ ਨੇ ਕਿਉਂਕਿ ਬਾਈ ਉਹਨਾਂ ਦੀ ਸੋਚ ਹੀ ਇਹ ਹੈ ਵੀ ਹਨਾ ਅਸੀਂ ਵਾਇਰਲ ਹੋ ਜਾਈਏ ਫਾਲੋਅਰ ਆ ਜਾਈਏ ਇਹ ਕਰ ਲਈਏ ਉਹ ਕਰ ਲਈਏ ਪਰ ਮੈਂ ਤਾਂ ਵੀਰੇ ਇਹੀ ਗੱਲ ਕਹਿਣਾ ਚਾਹੁੰਦਾ ਵੀ ਜੇ ਕੁਝ ਕਰਨਾ ਤਾਂ ਚੱਜ ਦਾ ਕਰ ਲਓ ਠੀਕ ਹੈ ਨਾ ਤੁਸੀਂ ਜੇ ਮੰਨਿਆ ਵੀ ਤੁਸੀਂ ਲਿਖਦੇ ਹੋ ਠੀਕ ਹੈ ਪਰ ਯਾਰ ਆਪਦੀ ਲਾਈਵ ਤੇ ਲਿਖ ਲਓ ਕੋਈ ਚਾਰ ਬੰਦੇ ਬੈਠੇ ਨੇ ਕੋਈ ਘਰ ਦਾ ਵੀ ਕਿਸੇ ਦਾ ਵੀਡੀਓ ਦੇਖਦਾ ਕੋਈ ਸਿਆਣੇ ਬੰਦੇ ਵੀ ਜਿਹੜੇ ਫਾਲੋ ਕਰਦੇ ਨੇ ਮਤਲਬ ਉਹ ਚੀਜ਼ ਬੋਲੋ ਜਾਂ ਲਿਖੋ ਜਿਹੜੀ ਚੀਜ਼ ਸਾਰਿਆਂ ਨੂੰ ਬੰਦਿਆਂ ਨੇ ਸ਼ਸ਼ੀਗਲ ਦੋਸਤੋ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਸੋ ਅੱਜ ਅਸੀਂ ਗੱਲਬਾਤ ਕਰਾਨੇ ਜਾ ਰਹੇ ਹਾਂ ਜਿਹੜੇ ਹੋਰ ਉੱਬਰ ਦੇ ਸਿਤਾਰੇ ਦੇ ਨਾਲ ਜੋ ਇਸ ਵੇਲੇ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਆਓ ਫਿਰ ਗੱਲਬਾਤ ਕਰਾਨੇ ਆ ਸਨੀ ਤਲੇਰ ਦੇ ਨਾਲ ਸ਼ਸ਼ੀਗਲ ਸਨੀ ਤਲੇਰ ਸ਼ਸ਼ੀਗਲ ਵੀਰੇ ਕੀ ਹਾਲ ਚਾਲ ਹੈ ਵਧੀਆ ਵੀਰੇ ਤੁਸੀਂ ਦੱਸੋ ਅੱਛਾ ਸਨੀ ਤਲੇਰ ਜੀ ਤੁਸੀਂ ਸਨੀ ਤਲੇਰ ਨਾ ਕੀ ਸੋਚ ਕੇ ਰੱਖਿਆ ਸੀਗਾ ਤਲੇਰ ਵੀਰੇ ਮੇਰੇ ਪਿੰਡ ਦਾ ਨਾਮ ਆ ਤੇ ਮੇਰਾ ਛੋਟੇ ਉੰਦੇ ਦਾ ਡਰੀਮ ਆ ਵੀ ਮੈਂ ਆਪਣੇ ਪਿੰਡ ਨੂੰ ਵੀ ਜਿੱਥੇ ਤੱਕ ਜਾਵਾਂ ਅੱਗੇ ਨਾਲ ਲੈ ਕੇ ਜਾਵਾਂ ਤੇ ਆਈਡੀ ਤੇ ਤਈ ਤਲੇਰ ਲਿਖਿਆ ਹੈ ਨਾ ਸਨੀ ਤਲੇ ਸਟਾਰਟਿੰਗ ਵੀਰੇ ਮੇਰੀ ਹੋਈ ਸੀ ਟਿਕਟੋਕ ਦਾ ਹਾਂਜੀ ਟਿਕਟੋਕ ਤੇ ਵੀਰੇ ਪਹਿਲਾਂ ਮੈਂ ਵੀਡੀਓਜ਼ ਬਣਾਉਂਦਾ ਸੀਗਾ ਐਕਸ਼ਨ ਜੇ ਕਰਕੇ ਜਿੱਦਾਂ ਸਲੋमो ਵਗੈਰਾ ਇਦਾਂ ਦਾ ਤੇ ਫਿਰ ਹੌਲੀ-ਹੌਲੀ ਕਿਉਂਕਿ ਮੇਰੇ ਕੋਲੇ ਲਿਖੀ ਹੋਈਆਂ ਸੀਗੀਆਂ ਚੀਜ਼ਾਂ ਖੇਤ 'ਚ ਕੰਮ ਕਰਦਾ ਸੀਗਾ ਇੱਕ ਤੇ ਉੱਥੇ ਫਿਰ ਮੈਂ ਉਦੋਂ ਹੀ ਮੇਰੇ ਕੋਲੇ ਫੋਨ ਨਹੀਂ ਸੀ ਮੇਰੀ ਸਿਸਟਰ ਵਾਲਾ ਫੋਨ ਸੀਗਾ ਮੇਰੇ ਕੋਲੇ ਤੇ ਮੈਂ ਇਦਾਂ ਸਨੈਪਚੈਟ ਆਨ ਕੀਤੀ ਵੀਡੀਓਜ਼ ਬਣਾਈ ਸ਼ੇਅਰ ਬੋਲਿਆ ਤੇ ਮੈਨੂੰ ਪਤਾ ਸੀ ਵੀ ਚੱਲਣੀ ਤਾਂ ਹੈ ਨਹੀਂ ਤੇ ਮੈਂ ਘਰੇ ਆ ਕੇ ਜਦੋਂ ਫੋਨ ਮੈਂ ਬੰਦ ਕਰਤਾ ਤਾਂ ਮੈਂ ਚੈੱਕ ਕੀਤਾ ਮਿਲੀਅਨ ਗਈ ਗਈ ਇਸ ਦੂਜਾ ਜੋ ਬਾਈ ਬਹੁਤ ਵੀਡੀਓ ਪਾਈਆਂ ਸਲੋ مو ਵੀ ਪਾਈਆਂ ਹੋਰ ਵੀ ਕਈ ਤਰ੍ਹਾਂ ਦੀਆਂ ਪਾਈਆਂ ਨੇ ਪਰ ਉਹ ਚੱਲੀਆਂ ਨਹੀਂ ਹੈਗੀਆਂ ਵੀਡੀਓ ਵੀਡੀਓ ਚੱਲੀ ਆ ਤਾਂ ਮੇਰੀ ਆਪ ਦੀ ਲਿਖੀ ਹੋਈ ਚੱਲੀ ਆ ਲਿਖੀ ਹੋਈ ਵੀਡੀਓ ਚੱਲੀ ਆ ਅੱਛਾ ਤੁਸੀਂ ਲਿਖਦੇ ਹੋ ਹਾਂਜੀ ਵੀਰੇ ਤੇ ਲਿਖਣਾ ਕਦੋਂ ਤੋਂ ਸਟਾਰਟ ਕੀਤਾ ਸੀ ਲਿਖਣਾ ਵੀਰੇ ਜਦੋਂ ਧੋਖਾ ਮਿਲਿਆ ਸੀ ਐ ਧੋਖਾ ਮਿਲਿਆ ਸੀ ਹਾਂਜੀ ਕੀ ਸੋਚਿਆ ਸੀਗਾ ਬਸ ਸੋਚਿਆ ਸੀਗਾ ਵੀ ਯਾਰ ਆਪ ਲਿਖੀਏ ਕੁਝ ਨਾ ਤੇ ਕੁਝ ਬਣ ਕੇ ਦਿਖਾਈਏ ਬਸ ਮੋਟਿਵੇ ਹੋਇਆ ਮੈਂ ਜਿੰਨਾ ਵੀ ਹੋਇਆ ਤੇ ਮਤਲਬ ਨਹੀਂ ਕੋਈ ਇਹ ਜੀ ਬੀਤੀ ਹੋਈ ਗੱਲ ਹੈ ਨਾ ਵੀ ਮੋਟਿਵੇ ਹੋਏ ਬੀਤੀ ਵੀ ਰਹੇ ਸੀਗੀ ਯਾਰ ਮੈਨੂੰ ਨਾ ਕਿਸੇ ਕੁੜੀ ਨੇ ਕਿਹਾ ਸੀਗਾ ਤੇ ਤੂੰ ਦੱਸੀ ਗੱਲ ਆ ਹੂੰ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਵੀ ਦੱਸੀ ਗੱਲ ਵੀ ਬਣ ਕੇ ਦਿਖਾ ਦਾਂਗੇ ਹੂੰ ਤੱਕੇ ਹੀ ਖਾਦੇ ਨੇ ਹੁਣ ਤੱਕ ਵੀਰੇ ਟੋਕਰਾਂ ਹੀ ਖਾਂਦੇ ਆਇਆ ਬਸ ਟੋਕਰਾਂ ਹੀ ਖਾਂਦੇ ਆਇਓ ਤੇ ਸ਼ਾਇਰੀ ਤੁਸੀਂ ਲਿਖੀ ਸੀ ਉਹ ਕਿਵੇਂ ਸੀਗੀ ਸ਼ਾਇਰੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹੜੀ ਸ਼ਾਇਰੀ ਲਿਖੀ ਸੀ ਉਹਦੇ ਵਿੱਚ ਇਹ ਸੀਗਾ ਵੀ ਜਿਹੜਾ ਮੇਰਾ ਪਾਸਟ ਸੀਗਾ ਉਹਦੇ ਬਾਰੇ ਸੀ ਮੈਂ ਸੁਣਿਆ ਸੀ ਬਗਾਨੇ ਬਦਲ ਜਾਂਦੇ ਨੇ ਹਾਂਜੀ ਫਿਰ ਤੂੰ ਕਿਉਂ ਬਦਲ ਗਿਆ ਤੂੰ ਤਾਂ ਸਾਡਾ ਆਪਣਾ ਸੀ ਬਹੁਤ ਵਧੀਆ ਬਹੁਤ ਵਧੀਆ ਅੱਛਾ ਤੁਹਾਡੀ ਪਹਿਲੀ ਸ਼ਾਇਰੀ ਸੀਗੀ ਹਾਂਜੀ ਸਾਰਿਆਂ ਤੋਂ ਪਹਿਲੀ ਤੇ ਇਹਨੂੰ ਕਿੰਨੀ ਕੀ ਸਪੋਰਟ ਮਿਲੀ ਇਹਨੂੰ ਵੀਰੇ ਜਦੋਂ ਮੈਂ ਘਰ ਆ ਕੇ ਚੈੱਕ ਕੀਤਾ ਇਹ ਮੇਰੀ ਮਿਲੀਅਨ ਪਲੱਸ 뷰 ਹੋਇਆ ਪਿਆ ਸੀਗਾ ਮਿਲੀਅਨ ਪਲੱਸ 뷰 ਚਾਰ ਘੰਟਿਆਂ ਵਿੱਚ ਤੇ ਉਹਨੇ ਵੀ ਦੇਖੀ ਹੋਈਗੀ ਫਿਰ ਹੈਨਾ ਦੇਖੀ ਹੋਗੀ ਵੀਰੇ ਪੱਕੀ ਤੇ ਉਹਨੇ ਸੋਚ ਆਏਗਾ ਹਾਂ ਵੀ ਹੁਣ ਤਾਂ ਜੱਸੀ ਗਿਲ ਲੱਗਦਾ ਆਏਗਾ ਮੈਸੇ ਆਇਆ ਸੀਗਾ ਵੀਰੇ ਫਿਰ ਬਲੌਗ ਕਰਤੀ ਬਲੌਗ ਕਰ ਤੇ ਅੱਛਾ ਅੱਗੇ ਤੁਹਾਡੀ ਮਿਲੀਅਨ ਵਾਇਰਲ ਹੋਈ ਹੈਨਾ ਫਿਰ ਤੁਸੀਂ ਕੀ ਸੋਚਿਆ ਵੀ ਹਾਂ ਵੀ ਹੁਣ ਮੈਂ ਕੰਟੀਨਿਊਸਲੀ ਰੱਖਾਂ ਆਪਣਾ ਫਿਰ ਵੀਰੇ ਤੇ ਮੈਂ ਟਿਕਟੋਕ ਚੱਲੀ ਗਈ ਮੇਰੀ ਤੇ ਫਿਰ ਹਨਾ ਆਲੇ-ਦਾਲ ਦੇ ਜਿਹੜੇ ਪਿੰਡਾਂ ਦੇ ਹੁੰਦੇ ਨੇ ਯਾਰ ਮਿੱਤਰ ਤੇ ਕਹਿਆ ਯਾਰ ਬਹੁਤ ਵਧੀਆ ਹਾਂ ਸਾਡੇ ਨਾਮ ਲੈ ਕੇ ਬਣਾਇਆ ਕਰ ਤੇ ਮੈਂ ਕਈਆਂ ਨੂੰ ਬਣਾ ਕੇ ਵੀ ਦਿੱਤੀਆਂ ਨੇ ਤੇ ਇਸ ਤੋਂ ਬਾਅਦ ਮੇਰੇ ਘਰ ਦੇ ਲੋਕ ਵੀ ਕਹਿਣ ਲੱਗੇ ਵੀ ਤੁਹਾਡਾ ਮੁੰਡਾ ਹਨਾ ਵੀ ਹੁਣ ਤਾਂ ਵੀਡੀਓ ਪਾਉਂਦਾ ਤੱਕ ਪਈ ਵੀ ਆਲੇ-ਦਾਲੇ ਵਧੀਆ ਏਰੀਏ 'ਚ ਤੇ ਫਿਰ ਇਸ ਤੋਂ ਬਾਅਦ ਚ ਮੈਨੂੰ ਜਿਹਨਾਂ ਦੀ ਮੇਰੇ ਕੋਲੇ ਫੋਨ ਨਹੀਂ ਹੁੰਦਾ ਵੀਰੇ ਹਾਂਜੀ ਆ ਵੀ ਫੋਨ ਗਿਫਟਡ ਹੀ ਆ ਤੇ ਮੇਰੇ ਕੋਲੇ ਫੋਨ ਨਹੀਂ ਹੁੰਦਾ ਸੀਗਾ ਤੇ ਹੌਲੀ ਹੌਲੀ ਕਰਦੇ ਕਰਾਉਂਦੇ ਨੇ ਮੈਂ ਆਪਦੀ ਸਿਸਟਰ ਦੇ ਫੋਨ ਤੋਂ ਉਹ ਪੜਦੀ ਹੁੰਦੀ ਹੈ ਵਿਚਾਰੀ ਚੋਰੀਆਂ ਲਿਆਇਆ ਜਾਣਾ ਵੀਜਾ ਲੈ ਯਾਰ ਬਣਾ ਲਾ ਕੋਈ ਚੱਕਰ ਨਹੀਂ ਮੈਂ ਬਣਾ ਕੇ ਪੋਸਟ ਕਰ ਦਿੰਦਾ ਸੀਗਾ ਇੱਕ ਦਿਨ ਚ ਕਈ ਕਈ ਵੀਡੀਓ ਬਣਾ ਲੈਣੀਆਂ ਕੁਝ ਲਿਖ ਲੈਣਾ ਰਾਤ ਨੂੰ ਤੇ ਫਿਰ ਹੌਲੀ ਹੌਲੀ ਕਰਦੇ ਕਰਾਉਂਦੇ ਨੇ ਵੀਰੇ ਮੈਂ ਇੱਦਾਂ ਹੀ ਡਰਾਫਟ ਕਰ ਲੈਣੀ ਵੀਡੀਓ ਬਣਾਈ ਜਾਣੀ ਤੇ ਫਿਰ ਇੰਸਟਾਗ੍ਰam ਬਾਰੇ ਮੈਨੂੰ ਕੁਝ ਨਹੀਂ ਪਤਾ ਸੀਗਾ ਵੀ ਇਹ ਲਿੰਕ ਪੈਂਦਾ ਵੀ ਹੈ ਤੇ ਪੈਂਦਾ ਕਿਵੇਂ ਆ ਓਕੇ ਮੈਨੂੰ ਬਿਲਕੁਲ ਨਹੀਂ ਪਤਾ ਸੀ ਜੇ ਮੇਰਾ ਲਿੰਕ ਪਾਇਆ ਹੁੰਦਾ ਤਾਂ ਮੈਂ ਅੱਜ ਨੂੰ ਵੀਰੇ ਫਾਲੋਅਰ ਫੁੱਲ ਹੋਣਾ ਤਾਂ ਕੋਈ ਗਿਣਤੀ ਨਹੀਂ ਹੋਣੀ ਸੀ ਵੀ ਕੀ ਚੀਜ਼ ਹੁੰਦੀ ਹੈ ਜਦੋਂ ਟਿਕਟੌਕ ਬੰਦ ਹੋਈ ਆ ਉਦੋਂ ਮੇਰੇ ਮੇਰੇ 70000 ਫੋਲੋਅਰ ਸੀ ਟਿਕਟੌਕ ਤੇ ਹਾਂਜੀ ਤੇ ਮੈਨੂੰ ਮੇਰੇ ਫਰੈਂਡ ਗਏ ਨੇ ਬਾਹਰ ਗਏ ਨੇ ਉਹਨਾਂ ਨੇ ਵੀ ਕਿਹਾ ਵੀ ਤੂੰ ਸਾਨੂੰ ਵੀਡੀਓ ਭੇਜ ਦਿਆ ਕਰ ਵੀ ਅਸੀਂ ਇਧਰ ਮੈਂ ਕਹਾਂ ਯਾਰ ਵੀ ਕੋਈ ਸੁਣਦਾ ਤਾਂ ਹੈ ਨਹੀਂ ਉਹਨ ਇਧਰ ਕੀ ਗੋਰਿਆਂ ਨੂੰ ਕੀ ਸੁਣਾਉਣਾ ਇਹਨਾਂ ਨੂੰ ਕਿਹੜਾ ਪਤਾ ਹੈਗਾ ਤੇ ਹੌਲੀ ਹੌਲੀ ਫਿਰ ਚਲੋ ਮੈਂ ਇੰਸਟਾਗ੍ਰਾਮ ਤੇ ਜਦੋਂ ਮੈਂ ਨਵਾਂ ਨਵਾਂ ਆਇਆ ਸੀਗਾ ਟਿਕਟੌਕ ਬੰਦ ਹੋਈ ਆ ਮੈਂ ਲਾਸਟ ਜਾਂਦੀ ਵਰੀ ਇੱਕ ਵੀਡੀਓ ਪਾਈ ਸੀ ਵੀ ਜਿਹਦਾ ਪਿਆਰ ਕਰਦੇ ਹੋ ਤਾਂ ਇੰਸਟਾਗ੍ਰਾਮ ਤੇ ਪਿਆਰ ਕਰਦੇ ਹੋ ਵੀ ਮੈਂ ਅੱਜ ਮੈਨੂੰ ਲਿੰਕ ਦਾ ਪਤਾ ਲੱਗ ਮੇਰਾ 800 ਫਾਲੋਅਰ ਸੀ ਗਿਆ ਬਾਈ ਜੋ ਟਿਕਟੋਕ ਬੰਦ ਹੋ ਗਈ ਹੈਨਾ ਤੇ ਤੁਸੀਂ ਅੱਗੇ ਕੀ ਸੋਚਿਆ ਵੀ ਹਾਂ ਹੁਣ ਕਿਸ ਤੇ ਆਣਾ ਵਾ ਮੈਂ ਵੀਰੇ ਸਟਾਰਟਿੰਗ ਤੋਂ ਇੱਕ ਚੀਜ਼ ਹੋਤੀ ਸੀ ਕਿ ਵੀ ਗਾਣਾ ਕਰਨਾਗਾ ਫੇਸ ਫਾਲੋਇੰਗ ਬਣਾਉਣੀ ਹੈਗੀ ਕਿਉਂਕਿ ਮੈਨੂੰ ਸ਼ੌਂਕ ਆ ਲਿਖਣ ਦਾ ਵੀ ਤੇ ਗਾਉਣ ਦਾ ਵੀ ਤੇ ਇਹ ਸ਼ੌਂਕ ਬਸ ਉਦੋਂ ਹੀ ਪਿਆ ਜਦੋਂ ਦਾ ਬਸ ਮੇਰੇ ਨਾਲ ਧੋਖੇ ਜੇ ਮਿਲੇ ਨੇ ਵੀ ਗਾਣਾ ਕਰਨਾ ਜ਼ਰੂਰ ਆ ਮੈਨੂੰ ਮੇਰੇ ਯਾਰ ਮਿੱਤਰ ਵੀ ਕਹਿੰਦੇ ਵੀ ਯਾਰ ਤੇਰਾ ਗਾਣਾ ਕਰਾਵਾਂਗੇ ਜਾ ਸਾਡੀ ਰੱਬ ਬਾਹ ਫੜ ਲੂ ਜਾਂ ਤੇਰੀ ਫੜ ਲੂ ਕੋਈ ਚੱਕਰ ਨਹੀਂ ਆਪਾਂ ਗਾਣਾ ਕਰਨਾ ਮੇਰਾ ਡ੍ਰੀਮ ਸੀਗਾ ਵੀ ਮੈਂ ਫੇਸ ਵਾਲਿੰਗ ਬਣਾਵਾ ਤੇ ਫੇਸ ਵਾਲਿੰਗ ਬਣਾਉਣ ਤੋਂ ਬਾਅਦ ਜੋ ਮੈਂ ਉਹਦਾ ਗਾਣਾ ਕਰਾਂ ਪਰ ਗਾਣਾ ਕਰਨਾ ਉਦੋਂ ਜਦੋਂ ਲੋਕ ਜਾਣਨ ਲੱਗੇ ਜਦੋਂ ਜਾਣਨ ਲੱਗੇ ਹਾਂਜੀ ਕਿੰਨੇ ਚਿਰ ਹੋ ਗਏ ਤੁਹਾਨੂੰ ਲਿਖਦੇ ਹੋ ਐ ਲਿਖਦੇ ਨੂੰ ਵੀਰੇ ਤਕਰੀਬਨ ਉਦੋਂ ਟਿਕਟੌਕ ਨੂੰ 뮤지컬 ਹੀ ਕਹਿੰਦੇ ਸੀ 뮤지컬ੀ ਹਾਂਜੀ ਹੁਣ ਮੇਰੇ ਚੰਗੀ ਤਰ੍ਹਾਂ ਯਾਦ ਨਹੀਂ ਵੀ ਕਿੰਨੇ ਸਾਲ ਹੋ ਗਏ ਉਦੋਂ ਤੇ ਲਿਖਣ ਲੱਗਿਆ ਸੀ ਉਦੋਂ ਤੇ ਹੀ ਲਿਖਣ ਲੱਗੇ ਹੋਏ ਸੀ ਤੇ ਅੱਗੇ ਕੀ ਡ੍ਰੀਮ ਸੋਚਿਆ ਫਿਰ ਅੱਗੇ ਵੀਰੇ ਬਸ ਆਹੀ ਸੋਚਿਆ ਵੀ ਗਾਣਾ ਕਰਨਾ ਗਾਣਾ ਕਰਨਾ ਹਾਂਜੀ ਕੋਈ ਇਹ ਜਾਂ ਗਾਣਾ ਤਾਂ ਕੀਤਾ ਹੋਣਾ ਵੈਸੇ ਪਹਿਲਾਂ ਗਾਣਾ ਵੀਰੇ ਮੈਂ ਇੱਥੇ ਪਟਿਆਲਾਈ ਆਪਣੇ ਆਇਆ ਸੀਗਾ ਤੇ ਉਹ ਬਸ ਅਮਰਿੰਦਰ ਗਿੱਲ ਦਾ ਗਾਣਾ ਸੀਗਾ ਇੱਕ ਤੇ ਉਹ ਵੀ ਬਸ ਮੈਨੂੰ ਸ਼ੌਂਕ ਮੈਨੂੰ ਤਾਂ ਪਤਾ ਵੀ ਨਹੀਂ ਹੁੰਦਾ ਵੀ ਯਾਰ ਸਟੂਡੀਓ 'ਚ ਬੰਦਾ ਬਣਨ ਦੇ ਪਤਾ ਨਹੀਂ ਕਿੰਨੇ ਪੈਸੇ ਲਊਗਾ ਮੈਨੂੰ ਤਾਂ ਮੈਨੂੰ ਜਿਹੜੇ ਸਪੀਕਰ ਜੇ ਨਹੀਂ ਹੁੰਦੇ ਹੈੱਡਫੋਨ 'ਚ ਉਹ ਕੰਨਾਂ 'ਚ ਲਾਉਣ ਦਾ ਹੀ ਸ਼ੌਂਕ ਹੁੰਦਾ ਸੀਗਾ ਵੀ ਲੱਗੇ ਹੋਏ ਨੇ ਵਾਹ ਘੈਂਟ ਜਿਹਾ ਫੀਲ ਹੁੰਦਾ ਵੀ ਸਿੰਗਰ ਘੜਾ ਆਹ ਚੀਜ਼ਾਂ ਸੀਗੀਆਂ ਵੀਰੇ ਤੇ ਫਿਰ ਮੈਂ ਸਟੂਡੀਓ 'ਚ ਆਇਆ ਉਹ ਵੀ ਗਾਂ ਦੀ ਗਾਂ ਅੱਗੇ ਦੀ ਅੱਗੇ ਲਿੰਕ ਸੀਗੇ ਮੁੰਡੇ ਦੇ ਤਾਂ ਮੈਂ ਕਹਿਆ ਵੀਰੇ ਇੱਕ ਕਵਰ ਜਆ ਬਣਾਉਣਾਗਾ ਫਿਰ ਉਹਨੇ ਬਣਾ ਕੇ ਦਿੱਤਾ ਸੀਗਾ ਵੀਰੇ ਕਵਰ Song ਮਤਲਬ ਤੁਸੀਂ ਕਵਰ Song ਕੀਤਾ ਸੀਗਾ ਹਾਂਜੀ ਉਦਾਂ ਹੀ ਬਸ ਗਾਇਆ ਸੀ ਆਪਦੇ ਫੋਨ 'ਚ ਹੀ ਰੱਖ ਲਿਆ ਪੌਣ ਪੂਣ ਦਾ ਕੁਝ ਐ ਨਹੀਂ ਨਾ ਚੈਨਲ ਸੀਗਾ ਕੋਈ ਨਾ ਕੁਝ ਹੋਰ ਸੀ ਤੇ ਹੁਣ ਹੁਣ ਵੀਰੇ ਬਸ ਕਰਾਂਗੇ ਹੁਣ ਵੀਰਾ ਹੈਗਾ ਆਪਣਾ ਜੰਗ ਢਿੱਲੋਂ ਹਾਂਜੀ ਤੇ ਹਿਮਾ ਸੰਧੂ ਨਾਲ ਕਾਫੀ ਗਾਣੇ ਆਏ ਨੇ ਗਲਾਬ ਸਿੱਧੂ ਵੀਰੇ ਨੇ ਕਰੇ ਨੇ ਹਾਂਜੀ ਤੇ ਜਿਹੜੀ ਮੂਸਾ ਜੱਟ ਫਿਲਮ ਆਈ ਆ ਉਹਦੇ ਵਿੱਚ ਵੀ ਉਹਦਾ ਬਾਈ ਦਾ ਗਾਣਾ ਆਇਆ ਬਾਈ ਦਾ ਗਾਣਾ ਤੇ ਤੁਸੀਂ ਹੁਣ ਜੋ ਤੁਸੀਂ ਟਿਕਟੌਕ ਬੰਦ ਹੋ ਗਈ ਇੰਸਟਾਗ੍ਰam ਤੇ ਸਭ ਤੋਂ ਪਹਿਲੀ ਵੀਡੀਓ ਘੜੀ ਸੀ ਸਭ ਤੋਂ ਪਹਿਲੀ ਵੀਡੀਓ ਮੇਰੀ ਮੇਰੇ ਇੰਸਟਾਗ੍ਰam ਤੇ ਸੀਗੀ ਜਿਹੜੀ ਮੈਂ ਟਿਕਟੌਕ ਤੇ ਪਾਈ ਸੀ ਉਹੀ ਜਾ ਕੇ ਮੈਂ ਆਉਦੇ ਪਾਤੀ ਉਹੀ ਚੱਕ ਕੇ ਉੱਤੇ ਪਾਤੀ ਉਹ ਜੱਲੀ ਨਹੀਂ ਇੰਸਟਾਗ੍ਰam ਤੇ ਤੇ ਲੋਕਾਂ ਨੇ ਜਣਦੀ ਮੈਨੂੰ 1500 ਮੇਰਾ ਫਾਲੋਅਰ ਹੋ ਗਿਆ ਸੀ ਫਿਰ ਮੈਂ ਇੱਕ ਨਿਊ ਵੀਡੀਓ ਬਣਾਈ ਸੀਗੀ ਹਾਂਜੀ ਤੇ ਉਹ ਪਾਈ ਉਹ ਚੱਲੀ ਵੀਰੇ ਉਹ ਚੱਲੀ ਹਾਂਜੀ ਵੀਰੇ ਤੇ ਸਭ ਤੋਂ ਵੱਧ ਵੀਡੀਓ ਕਿਹੜੀ ਵਾਇਰਲ ਹੋਈ ਸੀ ਇੰਸਟਾਗ੍ਰam ਤੇ ਸਭ ਤੋਂ ਵੱਧ ਵੀਡੀਓ ਵੀਰੇ ਸ਼ਾਇਰੀ ਚ ਜਾ ਸ਼ਾਇਰੀ ਚ ਸ਼ਹਿਰੀ ਦੇ ਵਿੱਚ ਵੀਰੇ ਉਹ ਵੀਡੀਓ ਵਾਇਰਲ ਹੋਈ ਸੀ ਇੱਕ ਤਾਂ ਹੋਈ ਸੀ ਮੇਰੀ ਵੀ ਐਨਾ ਬਦਲ ਲਾਂ ਗਿਆ ਦੇ ਆਪ ਨੂੰ ਲੋਕ ਦਰਸ਼ਣਗੇ ਸਾਨੂੰ ਪਹਿਲਾਂ ਵਰਗਾ ਦੇਖਣ। ਤੇ ਤੁਸੀਂ ਹੋਰ ਵੀ ਕਨਸੈਪਟ ਤੇ ਬਣਾਉਂਦੇ ਹੋ। ਹੋਰ ਕਨਸੈਪਟ ਵੀਰੇ ਮੇਰੇ ਤਿੰਨ ਚਾਰ ਵਾਰੀ ਪ੍ਰਿੰਡਾਂ ਲੜ ਗਈਆਂ ਹੱਥਾਂ ਦੇਖੋ ਗੱਲ ਆ ਜਾਂਦੀ ਆ ਦਿਮਾਗ 'ਚ ਤੇ ਅੱਜ ਵੀ ਲੜ ਗਈ ਆਉਂਦੇ ਆਉਂਦੇ ਦੇ ਹੱਥ ਦੇ ਪ੍ਰਿੰਡ ਲੜ ਗਈ ਵਾ ਪ੍ਰਿੰਡ ਪ੍ਰਿੰਡ ਦੇ ਕਹਿੰਦੇ ਐਦਾਂ ਵੀ ਜੇ ਲੜਨਾ ਹੀ ਸੀ ਕੰਬਲੀ ਤੇ ਹੱਥ ਪੈਰ ਤੇ ਲੜ ਜਾਂਦੀ ਤੂੰ ਤਾਂ ਮੇਰੇ ਲੋਕਾਂ ਮੂਰੇ ਮੂੰਹ ਦਿਖਾਉਣ ਜੱਗਾਂ ਵੀ ਨਹੀਂ ਛੱਡਿਆ। ਐਦਾਂ ਦੀਆਂ ਚੀਜ਼ਾਂ ਬਣਾਉਂਦਾ ਸੀ ਪਰ ਹੁਣ ਮੇਰਾ ਮੈਂ ਕਈ ਵਾਰੀ ਸੋਚਿਆ ਬੀ ਰਿੰਗ ਲੈਡ ਮੂਰੇ ਕੁਛ ਐਕਸ਼ਨ ਜੇ ਕਰਕੇ ਬਣਾਈਏ ਮੇਰੀ ਉਹ ਚੀਜ਼ ਪਸੰਦੀ ਨਹੀਂ ਕਰਦੇ ਵੀਰੇ ਲੋਕ ਲੋਕਾਂ ਨੂੰ ਤੁਹਾਡੀ ਸ਼ਾਇਰੀ ਪਸੰਦ ਹੈ ਜ਼ਹਿਰੀ ਪਸੰਦ ਆ ਤੇ ਹੋਰ ਕੋਈ ਕਨਸੈਪਟ ਹੋਰ ਵੀਰੇ ਕੋਈ ਕਨਸੈਪਟ ਨਹੀਂ ਹੈਗਾ ਬਸ ਮੇਰੀ ਆਈ ਚੀਜ਼ ਆ ਬਸ ਇੱਕ ਹੀ ਲਾਈਨ ਫੜੀ ਹੋਈ ਆ ਸ਼ਾਇਰੀ ਹਾਂਜੀ ਤੇ ਮਤਲਬ ਕਲਮੇ ਆਪਾਂ ਲਿਖਣੇ ਹੈ ਹਨਾ ਤੇ ਕਲਮ ਹੀ ਚਲਾਉਣੀ ਆ ਤੇ ਹੋਰ ਨਾਲ-ਨਾਲ ਕੀ ਸਟੱਡੀ ਕਰਦੇ ਹੋ ਸੋਸ਼ਲ ਮੀਡੀਆ ਦੇ ਨਾਲ-ਨਾਲ ਵੀਰੇ ਹੁਣ ਤਾਂ ਸਟੱਡੀ ਕੋਈ ਨਹੀਂ ਸਟੱਡੀ ਹੋ ਗਈ ਕੰਪਲੀਟ ਮੇਰੀ ਹਾਂਜੀ ਤੇ ਬਾਹਰ ਜਾਣ ਦਾ ਡ੍ਰੀਮ ਹੈਗਾਗਾ ਤੇ ਹੁਣ ਮੇਰੀ ਸਿਸਟਰ ਨੇ ਬਾਹਰ ਜਾਣਾਗਾ ਇਸ ਤੋਂ ਬਾਅਦ ਆਪਾਂ ਵੀ ਦੇਖਦੇ ਆਂ ਕੁਛ ਤੇ ਅੱਗੇ ਤੁਸੀਂ ਕੀ ਸੋਚਿਆ ਹੁਣ ਨਾਲ-ਨਾਲ ਕਰਨ ਦਾ ਨਾਲ-ਨਾਲ ਵੀਰੇ ਹੁਣ ਤਾਂ ਫਿਲਹਾਲ ਬੇਲੇ ਆਂਗੇ ਹਾਂਜੀ ਤੇ ਕੰਮ ਕੋ ਮਿਲਬਦੇ ਆ ਕਿਤੇ ਜੋਬ ਜੂ ਮਿਲ ਗਈ ਤਾਂ ਕਰ ਲਾਂਗੇ ਨਹੀਂ ਮੇਰਾ ਡ੍ਰੀਮ ਇਹੀ ਆ ਵੀ ਬਸ ਜੋ ਵੀ ਕੰਮ ਕਰਾਂ ਜਿੰਨੀ ਕੁ ਵੀ ਮਿਹਨਤ ਕਰਾਂ ਵੀ ਜਿੰਨੇ ਕੁ ਪੈਸੇ ਜੋੜਾਂ ਮੇਰੇ ਕਿਉਂਕਿ ਮੈਨੂੰ ਘਰਦਿਆਂ ਦਾ ਵੀ ਕਿਹਾ ਹੋਇਆ ਕਿ ਕੋਈ ਚੱਕਰ ਨਹੀਂ ਤੂੰ ਕਰ ਲੈਣਾ ਕੋ ਕਰਨਾ ਤਾਂ ਮੈਂ ਗਾਣਾ ਹੀ ਕਰਨਾ ਬਸ ਇੱਕ ਵਾਰੀ ਕਰਨਾ ਹੀ ਕਰਨਾ ਲਾਈਫ ਦੇ ਵਿੱਚ ਇਹ ਚੱਲੇ ਜਾਇਨਾ ਚੱਲੇ ਚਾਇਨਾ ਚੱਲੇਗਾ ਤਾਂ ਸਹੀ ਲੋਕ ਕਹਿੰਦੇ ਨੇ ਵੀਰੇ ਮੈਂ ਇੱਕ ਦੋ ਵਾਰੀ ਪਾਇਆ ਸੀਗਾ ਵੀ ਮੈਨੂੰ ਗਾਣਾ ਕਰਨਾ ਚਾਹੀਦਾ ਕਿ ਨਹੀਂ ਚਾਹੀਦਾ ਤੇ ਸਾਰੇ ਕਹਿੰਦੇ ਨੇ ਫੁੱਲ ਸਪੋਰਟ ਆ ਤੂੰ ਜਿੱਥੇ ਜਾਵੇਂਗਾ ਤੇਰੇ ਨਾਲ ਆ ਫੋਲੋਵਰ ਨੇ ਵੀਰੇ ਜਿਹੜੇ ਮੈਂ ਕਦੇ ਨਹੀਂ ਫੈਨ ਕਿਹਾ ਵੀ ਫੈਨ ਨੇ ਮੈਨੂੰ ਕੋਈ ਕਹਿ ਦਿੰਦਾ ਮੈਨੂੰ ਵਧੀਆ ਹੀ ਲੱਗਦਾ ਪਿਆਰ ਕਰਦੇ ਨੇ ਯਾਰ ਜਿਹੜੀ ਗੱਲ ਆ ਭਰਾ ਨੇ ਸਾਰੇ ਐਸੇ ਤੁਹਾਡੀ ਕੋਈ ਆਪਣੀ ਲਿਖੀ ਫੇਵਰੇਟ ਸ਼ਾਇਰੀ ਵੀ ਹੋएगी ਹਾਂਜੀ ਹੈਗੀ ਹੈ ਜੀ ਤੇ ਸੁਣਾਉਣਾ ਚਾਹੋਗੇ ਜਰੂਰ ਜੀ ਕਹਿੰਦਾ ਟੁੱਟੇ ਨਹੀਂ ਸੀ ਤੜਾਏ ਗਏ ਆ ਟੁੱਟੇ ਨਹੀਂ ਸੀ ਤੜਾਏ ਗਏ ਆ ਰੋਏ ਨਹੀਂ ਸੀ ਵੀਰੇ ਰਵਾਏ ਗਏ ਆ ਚੰਗੇ ਨਹੀਂ ਸੀ ਚੱਲ ਮੰਨ ਲਿਆ ਪਰ ਇੰਨੇ ਮਾੜੇ ਵੀ ਨਹੀਂ ਸੀ ਜਿੰਨੇ ਬਣਾਏ ਗਏ ਆ ਆਏ ਹੋਏ ਬਹੁਤ ਵਧੀਆ ਬਹੁਤ ਵਧੀਆ ਤੇ ਹੋਰ ਅੱਗੇ ਕੋਈ ਸੋਚਾ ਹੋਵੇ ਮੇਰੇ ਨਾਲ ਹੋਰ ਵੀਰੇ ਅੱਗੇ ਬਸ ਮੇਰਾ ਇਹੀ ਡਰੀਮ ਆ ਬਸ ਇੱਕੋ ਇੱਕ ਡਰੀਮ ਆ ਵੀ ਇਹ ਇੰਡਸਟਰੀ ਦੇ ਵਿੱਚ ਆਉਣਾ ਹੀ ਆਉਣਾ ਗਾਣਾ ਕਰਨਾ ਹੀ ਕਰਨਾ ਗਾਣਾ ਕਰਨਾ ਹੀ ਕਰਨਾ ਜੇ ਜਦੋਂ ਮਰਜੀ ਆ ਕੇ ਕਰੀਏ ਪਰ ਕਰਨਾ ਅੱਛਾ ਜੇ ਤੁਹਾਨੂੰ ਗਾਣਾ ਕਰਨ ਦਾ ਮੌਕਾ ਮਿਲੇ ਕਿਸੇ ਹੋਰ ਸਿੰਗਰ ਦੇ ਨਾਲ ਕਿਹਦੇ ਨਾਲ ਕਰਨਾ ਪਸੰਦ ਕਰੋਗੇ ਮੈਂ ਵੀਰੇ ਸਿਮਰਦਰਹੇ ਨਾਲ ਕਰਨਾ ਪਸੰਦ ਕਰੂੰਗਾ ਕਿਉਂ ਯਾਰ ਮੈਂ ਨਾ ਉਹ ਬੰਦੇ ਦੀ ਜਦੋਂ ਮੈਂ ਬੁੱਕ ਪੜ੍ਹਦਾ ਉਹਨਾਂ ਦਾ ਮੈਂ ਹੁਣ ਵੀ ਉਹਦੀ ਬੁੱਕ ਪੜ੍ਹਦਾ ਮੇਰੇ ਫੋਨ 'ਚ ਅਜੇ ਵੀ ਪੀਡੀਐਫ ਪਿਆ ਸਟਾਰਟਿੰਗ ਤੋਂ ਕਿਉਂਕਿ ਉਹਦੇ ਜਿਹੜੀਆਂ ਗੱਲਾਂ ਨਿਕੀਆਂ ਉਹਦੀ ਸਟੋਰੀ ਮੈਨੂੰ ਐ ਲੱਗਦਾ ਵੀ ਮੇਰੀ ਹੀ ਸਟੋਰੀ ਆ ਤੁਹਾਡੀ ਸਟੋਰੀ ਮੇਰੀ ਵੀਰੇ ਨਾਲ ਗੱਲ ਵੀ ਹੋਈ ਸੀ ਇੱਕ ਵਾਰ ਇੰਸਟਾਗ੍ਰਾਮ ਤੇ ਤੇ ਮੈਂ ਉਹਨਾਂ ਦਾ ਸ਼ੇਅਰ ਵੀ ਬੋਲੇ ਮੈਨੂੰ ਸੋਹਣਾ ਲੱਗਦਾ ਤੇ ਕਹਿੰਦਾ ਕੋਈ ਗੱਲ ਨਹੀਂ ਵੀਰੇ ਕੈਰੀ ਆਨ ਰੱਖ ਤੇ ਰੱਬ ਸੁਣੂਗਾ ਪਰ ਜੇ ਮੈਨੂੰ ਕਦੇ ਵੀ ਮੌਕਾ ਮਿਲੇ ਤਾਂ ਮੈਂ ਵੀਰੇ ਨਾਲ ਗਾਣਾ ਕਰੂੰਗਾ ਕਿਹੜਾ ਸ਼ੇਅਰ ਸੀ ਉਹ ਸ਼ੇਅਰ ਵੀਰੇ ਆ ਸੀਗਾ ਬਸ ਬੁੱਝਤੇ ਲਿਖਿਆ ਸੀ ਕੋਈ ਹੁਣ ਮੇਰੇ ਯਾਦ ਨਹੀਂ ਹੈਗਾ ਜੀ ਹਾਂਜੀ ਕੁਛ ਇਦਾਂ ਦਾ ਸੀਗਾ ਸ਼ੇਅਰ ਵੀ ਸਾਡਾ ਔਣ ਜਾਣ ਬਸਾਂ ਵਿੱਚ ਰਿਹਾ ਐਦਾਂ ਸੀਗਾ ਕੁਛ ਅੱਛਾ ਹਾਂਜੀ ਤੇ ਜੇ ਗਾਣਾ ਕਰਨ ਦਾ ਮੌਕਾ ਮਿਲੇ ਹੈਨਾ ਤੁਹਾਡਾ ਗਾਣਾ ਵੀ ਹੋ ਗਿਆ ਹੈ ਤੇ ਉਹਦੇ ਨਾਲ ਗਾਣੇ ਚ ਐਕਟ੍ਰੈਸ ਕਿਹੜੇ ਲੋਗੇ ਫਿਰ ਸਿਮੀ ਚਲ ਸਿਮੀ ਚਲ ਕਿਉਂ ਬਬਰੇ ਸ਼ੁਰੂ ਤੋਂ ਹੀ ਮੈਨੂੰ ਵਧੀਆ ਲੱਗਦੀ ਹੈ ਸਿਮੀ ਚਲ ਵਧੀਆ ਲੱਗਦੀ ਹੈ ਤੇ ਉਹਨਾਂ ਦੀ ਫਿਲਮਾਂ ਵੀ ਫਿਰ ਦੇਖਦੇ ਹੋਵੋਗੇ ਮੇਰੇ ਖਿਆਲੋਂ ਹਾਂਜੀ ਕੋਈ ਫਿਲਮ ਨਹੀਂ ਛੱਡੀ ਉਹਨਾਂ ਦੀ ਕੋਈ ਵੀ ਨਹੀਂ ਛੱਡੀ ਕਿਹੜੀ ਫਿਲਮ ਹੈ ਇਹ ਜੀ ਜਿਹੜੀ ਫੇਵਰੇਟ ਹੋਵੇ ਮੇਰੀ ਸਾਰਿਆਂ ਤੋਂ ਫੇਵਰੇਟ ਚੱਲ ਮੇਰਾ ਪੁੱਤ ਹੀ ਚੱਲ ਮੇਰਾ ਪੁੱਤ ਉਸ ਕੋਈ ਹੈ ਜਿਆ ਡਾਇਲੋਗ ਯਾਦ ਹੋਵੇ ਡਾਇਲੋਗ ਆਹੀ ਆ ਬਸ ਵੀਰੇ ਬੂਟੇ ਹੁਣੀ ਘੈਂਟ ਲੱਗਦੇ ਆ ਦੇ ਵਿੱਚ ਬੂਟੇ ਆਣੀ ਜਿਹੜੀਆਂ ਦਾ ਬੁੱਲ ਜਾ ਤੇਰਾ ਮੂੰਹ ਆ ਪੇੜ ਵਰਗਾ ਜੈ ਇਦਾਂ ਦੀ ਗੱਲਾਂ ਮੈਨੂੰ ਘੈਂਟ ਲੱਗਦੀਆਂ ਨੇ ਉਹਨਾਂ ਦੀ ਘੈਂਟ ਲੱਗਦੀ ਆ ਤੇ ਹੋਰ ਸਿੰਗਰ ਕੋਈ ਇਹ ਜਾਂ ਨਾਲ ਪਸੰਦ ਹੋਵੇ ਸਿੰਗਰ ਵੀਰੇ ਮੈਨੂੰ ਸਿਮਰਤ ਰਾਹੀ ਪਸੰਦ ਆ ਸਿਮਰਤ ਰਾਹੀ ਪਸੰਦ ਆ ਜੇ ਤੁਹਾਨੂੰ ਫਿਲਮ ਇੰਡਸਟਰੀ ਚ ਕੰਮ ਕਰਨ ਦਾ ਮੌ ਫੈਲਮ ਇੰਡਸਟਰੀਜ਼ ਵੀਰੇ ਮੈਂ ਕਰੂੰਗਾ ਤਰਸ਼ੇਮ ਦੱਸਣਾ ਤਰਸ਼ੇਮ ਸੁਣਨਾ ਕਿਉਂ ਬਸ ਬਾਈ ਦੀ ਲੁੱਕ ਤੇ ਉਹਨਾਂ ਦਾ ਸੁਭਾਅ ਤੇ ਵੀਰੇ ਦਾ ਜਿਹੜਾ ਹਲੇ ਤੱਕ ਵੀ ਇੱਥੇ ਤੱਕ ਪਹੁੰਚ ਗਏ ਮਤਲਬ ਕਿ ਡਾਊਨ ਟੂ ਅਰਥ ਬੰਦੇ ਆ ਡਾਊਨ ਟੂ ਅਰਥ ਬੰਦੇ ਤੇ ਅੱਛਾ ਤੁਸੀਂ ਨਾਲ-ਨਾਲ ਜਦੋਂ ਵੀਡੀਓਜ਼ ਬਣਾਉਂਦੇ ਹੋ ਹਨਾ ਵੀ ਬੰਦ ਲੋਕੇਸ਼ਨ ਹੁੰਦੀ ਹੈ ਹਨਾ ਵੀ ਲੋਕੇਸ਼ਨ ਬੰਦਾ ਪਹਿਲਾਂ ਸੋਚਦਾ ਹੈ ਕਿ ਤੁਸੀਂ ਐਟ ਅ ਟਾਈਮ ਹੀ ਲੋਕੇਸ਼ਨ ਜਿੱਥੇ ਵਧੀਆ ਪਵੇ ਮੇਰਾ ਬਾਈ ਜਦੋਂ ਮੈਂ ਵੀਡੀਓ ਬਣਾਉਣਾਗਾ ਹਾਂਜੀ ਤੇ ਜੇ ਮੇਰੇ ਕੋਲ ਕੁਛ ਲਿਖਿਆ ਹੁੰਦਾ ਜਦ ਮੈਂ ਬਾਈਕ ਤੇ ਕਿਤੇ ਜਾ ਰਿਹਾ ਹਾਂ ਰਸਤੇ ਦੇ ਵਿੱਚ ਇਹਦਾ ਮੈਂ ਘੱਟ ਹੀ ਬਣਾ ਮੇਰੇ ਕੋਲੇ ਰਿੰਗ ਲਾਈਟ ਆ ਇੱਕ ਮੈ ਲਾਂਦੀ ਸੀ ਰਿੰਗ ਲਾਈਟ ਹਾਂਜੀ ਤੇ ਬਲੈਕ ਬੈਕਗਰਾਉਂਡ ਹੁੰਦਾ ਤੇ ਬਸ ਜਦੋਂ ਮੇਰਾ ਮੂਡ ਕਰਦਾ ਜਦੋਂ ਐਨ ਜਮਾ ਦੁਖੀ ਹੁੰਦਾ ਕੰਮ ਜ਼ੇ ਕਰਾਂ ਤੇ ਹੁੰਦਾ ਉਦੋਂ ਕੋਈ ਨਾ ਕੋਈ ਗੱਲ ਦਿਮਾਗ ਚ ਆ ਜਾਂਦੀ ਜਾਂ ਕੋਈ ਪੁਰਾਣੀ ਗੱਲ ਯਾਦ ਆ ਗਈ ਜਾਂ ਚੈਟ ਪੜ੍ਹ ਲਈ ਜਾਂ ਕੁਛ ਹੋਰ ਹੋ ਗਿਆ ਉਹ ਤੋਂ ਕੁਛ ਲਿਖ ਕੇ ਚਾਹੇ ਰਾਤ ਦੇ 2 ਵਜੇ ਹੋਣ ਚਾਹੇ 3 ਵਜੇ ਹੋਣ ਫਿਰ ਮੈਂ ਰਿੰਗ ਲਾਈਟ ਨੂੰਰੇ ਖੜ ਕੇ ਬਣਾ ਦਿੰਦਾ ਲੋਕੇਸ਼ਨ ਮੇਰੇ ਲਈ ਕੋਈ ਮੈਟਰ ਨਹੀਂ ਕਰਦਾ ਲੋਕੇਸ਼ਨ Instagram ਤੇ ਬਹੁਤ ਹੀ ਗਲਤ ਕੰਟੈਂਟ ਵੀ ਚੱਲਦੇ ਨੇ ਸਹੀ ਕੰਟੈਂਟ ਵੀ ਚੱਲਦੇ ਨੇ ਕਈ ਬੰਦੇ ਗਲਤ ਕੰਟੈਂਟ ਨੂੰ ਸਪੋਰਟ ਕਰਦੇ ਨੇ ਹੈਨਾ ਤੇ ਤੁਸੀਂ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਮੈਂ ਵੀ ਉਹਨਾਂ ਨੂੰ ਇਹੀ ਕਹਿਣਾ ਵੀ ਉਹ ਪਤਾ ਨਹੀਂ ਕਿਉਂ ਕਰਦੇ ਨੇ ਆਪਦੇ ਲਈ ਕਰਦੇ ਨੇ ਜਾਂ ਵਾਇਰਲ ਹੋਣ ਦੇ ਮਾਰੇ ਕਰਦੇ ਨੇ ਕਿਉਂਕਿ ਬਾਈ ਉਹਨਾਂ ਦੀ ਸੋਚ ਹੀ ਇਹ ਹੈ ਵੀ ਹੈਨਾ ਅਸੀਂ ਵਾਇਰਲ ਹੋ ਜਾਈਏ ਫਾਲੋਅਰ ਲੈ ਜਾਈਏ ਇਹ ਕਰ ਲਈਏ ਉਹ ਕਰ ਲਈਏ ਪਰ ਮੈਂ ਤਾਂ ਵੀਰ ਇਹੀ ਗੱਲ ਕਹਿਣਾ ਚਾਹੁੰਦਾ ਵੀ ਜੇ ਕੁਝ ਕਰਨਾ ਤਾਂ ਚੱਜ ਦਾ ਕਰ ਲਓ ਠੀਕ ਹੈ ਨਾ ਤੁਸੀਂ ਜੇ ਮੰਨਿਆ ਵੀ ਤੁਸੀਂ ਲਿਖਦੇ ਹੋ ਠੀਕ ਹੈ ਪਰੇਯਾ ਆਪ ਦੀ ਲਾਈਵ ਤੇ ਲਿਖ ਲਓ ਕੋਈ ਚਾਰ ਬੰਦੇ ਬੈਠੇ ਨੇ ਕੋਈ ਘਰ ਦਾ ਵੀ ਕਿਸੇ ਦਾ ਵੀਡੀਓ ਦੇਖਦਾ ਕੋਈ ਸਿਆਣੇ ਬੰਦੇ ਵੀ ਨੇੜੇ ਫੋਲੋ ਕਰਦੇ ਨੇ ਵੀ ਮਤਲਬ ਉਹ ਚੀਜ਼ ਬੋਲੋ ਜਾਂ ਲਿਖੋ ਜਿਹੜੀ ਚੀਜ਼ ਸਾਰਿਆਂ ਨੂੰ ਵਧੀਆ ਲੱਗੇ ਜਿਹੜੀ ਚੀਜ਼ ਸਾਰਿਆਂ ਨੂੰ ਵਧੀਆ ਲੱਗੇ ਹਾਂਜੀ ਵੀਰੇ ਤੇ ਤੁਸੀਂ ਜੇ ਅੱਗੇ ਕਿਸੇ ਨੂੰ ਮੋਟੀਵੇਸ਼ਨ ਇਸੇ ਮੋਟੀਵੇਟ ਕਰਨਾ ਹੋਵੇ ਤਾਂ ਕਿਵੇਂ ਕਰੋਗੇ ਮੋਟੀਵੇਸ਼ਨ ਵੀਰੇ ਫਿਲਹਾਲ ਤਾਂ ਮੈਂ ਕਿਸੇ ਨੂੰ ਕੁਝ ਕਹਿੰਦਾ ਹੀ ਨਹੀਂ ਹੁੰਦਾ ਹਾਂਜੀ ਤੇ ਜੇ ਮੈਂ ਮੋਟੀਵੇਸ਼ਨ ਕਰਨਾ ਹੋਵੇ ਜੇ ਬੰਦਾ ਜਮੈਂ ਦੁਖੀ ਹੋਵੇ ਮੇਰੀ ਹੈਲਪ ਦੀ ਲੋੜ ਆ ਜੇ ਮੇਰੇ ਸਹਾਰੇ ਦੀ ਲੋੜ ਆ ਮੈਂ ਅਗਲੇ ਨਾਲ ਖੜਾ ਜਾਂਦਾ ਨਾ ਜੇ ਨਹੀਂ ਖੜਾ ਜਾਂਦਾ ਉਹ ਪੱਖ ਤਾਂ ਮੈਂ ਅਗਲੇ ਨੂੰ ਸਮਝਾ ਦਿੰਨਾ ਨਾ ਵੀ ਕੋਈ ਚੱਕਰ ਨਹੀਂ ਜਿੱਥੇ ਵੀ ਹੈਗਾ ਪ੍ਰੋਬਲਮ ਜੀ ਹੈ ਵੀ ਆਪਦਾ ਖਿਆਲ ਰੱਖੀ ਟੈਨਸ਼ਨ ਨਾ ਲੈ ਟੈਨਸ਼ਨ ਲੈ ਨਾਲ ਕੋਈ ਨਹੀਂ ਬਣਦਾ ਬਈ ਜ਼ਿੰਦਗੀ ਲਾਈਫ ਇੱਕ ਵਾਰ ਹੀ ਮਿਲਦੀ ਆ ਹਾਂਜੀ ਕਿਉਂਕਿ ਮੇਰਾ ਫਰੈਂਡ ਸੀਗਾ ਬਹੁ ਲਗਾ ਸੀ ਉਹਦੇ ਨਾਲ ਮੇਰਾ ਵੀਰੇ ਨਜਾਇਜ਼ ਜੀ ਤੇ ਉਹਦੀ ਡੈਥ ਹੋ ਗਈ ਤੇ ਮੈਨੂੰ ਬੜੀ ਯਾਦ ਆਉਂਦੀ ਦੀ ਯਾਰ ਵੀ ਯਾਰ ਕਿੰਨਾ ਘੈਂਟ ਬੰਦਾ ਹੁੰਦਾ ਮੈਨ ਤੋਂ ਵੀ ਛੋਟਾ ਸੀਗਾ ਜੇ ਵੀ ਕਿਉਂ ਇਹ ਚੀਜ਼ਾਂ ਦੇ ਵਿੱਚ ਮਤਲਬ ਕਿ ਚਲੋ ਠੀਕ ਆ ਵਿਆਹ ਆ ਗਿਆ ਸਭ ਕੁਝ ਹੋ ਗਿਆ ਪਰ ਫਿਰ ਵੀ ਯਾਰ ਬੰਦੇ ਨੂੰ ਉਹਨਾਂ ਦੇ ਪੇਰੈਂਟਸ ਨੂੰ ਪਤਾ ਵੀ ਸਾਡਾ ਮੁੰਡਾ ਗਿਆ ਸਾਨੂੰ ਕੀ ਦੁੱਖ ਆ ਬਾਦ ਜੋ ਵੀਰੇ ਇੱਕ ਵਾਰੀ ਬੰਦਾ ਗਲਤ ਸਟੈਪ ਚੱਕ ਲੈਂਦਾ ਠੀਕ ਹੈ ਨਾ ਬਾਦ ਜੋ پتہ ਲੱਗਦਾ ਉਹਦੇ ਘਰਦਿਆਂ ਨੂੰ ਜਾਂ ਦੁੱਖ ਕੀ ਆ ਠੀਕ ਅੱਛਾ ਜੇ ਹੁਣ ਕਹਿੰਨੇ ਆ ਇੰਸਟਾ ਤੇ ਹਨਾ ਵੀ ਵੀਡੀਓ ਵਾਇਰਲ ਕਰਨੀ ਹਣਾ ਤੇ ਕੋਈ ਬੰਦਾ ਸ਼ੇਅਰ ਕਰਦਾ ਹੈ ਕੋਈ ਬੰਦਾ ਨਾ ਉਹਨੂੰ ਰੋਲ ਕਰਕੇ ਸਪਾਈ ਫੁਪ ਕਰੀ ਜਾਂਦਾ ਹੈ ਹਨਾ ਬਾਰ-ਬਾਰ ਤੇ ਕੋਈ ਬੰਦਾ ਬੰਦ ਕਰ ਦਿੰਦਾ ਉਹਨੂੰ ਵੀ ਮੈਂ ਚਲਾਣੀ ਨਹੀਂ ਹਲੇ 1 ਘੰਟਾ ਨਹੀਂ ਚਲਾਣੀ 2 ਘੰਟਾ ਹੀ ਲਾਂਦਾ ਇਹ ਹੁੰਦਾ ਕੀ ਵੈਸੇ ਬਹਿਮ ਹੈ ਵੀਰੇ ਦਿਲ ਦਾ ਹਾਂਜੀ ਜੇ ਯਾਰ ਜੇ ਤੁਹਾਡੀ ਕਲਮ ਦੇ ਵਿੱਚ ਕੁਝ ਹੈਗਾ ਜੀ ਜੇ ਤੁਹਾਡੇ ਟੈਲੈਂਟ ਹੈਗਾ ਜਾਂ ਤੁਹਾਨੂੰ ਰੱਬ ਨੇ ਇੱਥੇ ਤੱਕ ਲਿਆਂਦਾ ਤਾਂ ਠੀਕ ਆ ਨਾ ਤਾਂ ਤੁਸੀਂ ਵੀਰੇ ਸਾਰਾ ਕੁਝ ਹੀ ਹੋ ਜੂ ਡੋਡਾ ਵਾਇਰਲ ਹੋ ਹੀ ਜਾਣੀ ਹੈ ਚੀਜ਼ ਮੈਂ ਕਦੇ ਸੋਚ ਕੇ ਨਹੀਂ ਬਾਈ ਵੀ ਮੇਰੀ ਚੀਜ਼ ਵਾਇਰਲ ਹੋਵੇ ਮੈਨੂੰ ਮੇਰਾ ਫਰੈਂਡ ਕਹਿੰਦਾ ਹੁੰਦਾ ਵੀ ਵਾਇਰਲ ਨਹੀਂ ਹੋਈ ਯਾਰ ਜੇ ਨਹੀਂ ਹੋਈ ਉਹ ਨਹੀਂ ਹੋਈ ਮੈਂ ਕਹਿੰਦਾ ਕੋਈ ਜੱਕਰ ਨਹੀਂ ਨਹੀਂ ਵਾਇਰਲ ਹੋਈ ਵਾ ਮੈਨੂੰ ਕਮੈਂਟ ਆ ਗਏ ਨਹੀਂ ਬਹੁਤਾ ਇਹ ਵੀਰੇ ਮੈਂ ਵੀ ਕਰ ਦਿੰਦਾ ਹੁੰਦਾ ਸੀ ਪਹਿਲਾਂ ਹੁੰਦਾ ਸੀਗਾ ਆਪਦੇ ਆਪ ਨੂੰ ਵੀ ਇਦਾਂ ਕਰ ਲਾ ਨਾ ਹੁਣ ਬਾਈ ਮੇਰੀ ਬਸ ਮੈਂ ਆਈਡੀ ਖੋਲਦਾ ਹੁੰਨਾ ਜਦੋਂ ਵੀਡੀਓ ਪਾਉਣੀ ਆ ਜਦੋਂ ਆਈਡੀ ਪਾਉਣੀ ਨੂੰ ਮੈਂ ਸਾਢੇ 7 ਵੇ ਵੀਡੀ ਇਸ ਤੋਂ ਬਾਅਦ ਉਹ ਮੈਂ ਮੁੜ ਕੇ ਇੰਸਟਾਗ੍ਰam ਹੀ ਚੈੱਕ ਕਰਾਂ। ਅੱਛਾ ਤੁਸੀਂ ਗਾਣੇ ਸੁਣਨੇ ਕਿਤੇ ਪਸੰਦ ਕਰਦੇ ਹੋ? ਦੱਸੋ। ਗਾਣੇ ਵੀਰੇ ਸਭ ਦੇ ਸੁਣ ਲਈ ਦੀਆਂ ਗਾਣੇ ਦਾ ਟੋਟਲੀ ਸਿੰਗਰਾਂ ਦੇ ਮਤਲਬ ਗੈਰੀ ਹੋ ਗਿਆ। ਹਾਂਜੀ। ਤੇ ਸਿਮਰ ਵੀਰਾ ਹੋ ਗਿਆ। ਹਾਂਜੀ। ਤੇ ਬਾਕੀ ਵੀਰੇ ਮੈਂ ਜ਼ਿਆਦਾ ਲਾਈਵ ਸ਼ੋਅ ਦੇਖਦਾ ਨਾ। ਲਾਈਵ ਸ਼ੋਅ ਦੇਖਦੇ ਹੋ। ਹਾਂਜੀ। ਅੱਛਾ ਉਹਨਾਂ ਦਾ ਕਿਹੜਾ ਗਾਣਾ ਪਸੰਦ ਆ ਤੁਹਾਨੂੰ? ਦੱਸੋ। ਸਿਮਰ ਦਾ ਇਹ ਵੀਰੇ ਸਾਰੇ ਗਾਣੇ ਪਸੰਦ ਆ। ਕੋਈ ਇਹ ਜਿਹਾ ਗਾਣਾ ਸਾਨੂੰ ਸੁਣਾ ਦਿਓ। ਜ਼ਰੂਰ ਵੀਰੇ। ਹਾਂਜੀ। ਹੋ ਬਾਕੀ ਸਭ ਕੁਝ ਸਿਮਰ ਨੇ ਕਰਿਆ ਹਾ ਇੱਕ ਕੰਮ ਪੱਕਾ ਕੀਤਾ ਨਹੀਂ ਉਹ ਝੂਠਾ ਪਿਆਰ ਦਾ ਡਰਾਮਾ ਕਰ ਕੁੜੀ ਨਾ ਕਦੇ ਵੀ ਕਿਸੇ ਤੱਕਾ ਕੀਤਾ ਨਹੀਂ ਆਉ ਦਿਲੋਂ ਇੱਕ ਦਾ ਕੀਤਾ ਏ ਜੱਗ ਜਾਣਦਾ ਹਾ ਇੱਕ ਦਾ ਕੀਤਾ ਏ ਜੱਗ ਜਾਣਦਾ ਆਉ ਕਿਸੇ ਵੀ ਸਣਹਾਏ ਬੜੇ ਨੇ ਓ ਕੱਲੇ ਬਾਲ ਨਹੀਂ ਵਧਾਏ ਜਾਣੇ ਮੇਰੀ ਏ ਮੈਂ ਬੰਦੇ ਵੀ ਵਧਾਏ ਬੜੇ ਨੇ ਬਹੁਤ ਵਧੀਆ ਬਹੁਤ ਵਧੀਆ ਤੇ ਤੁਹਾਨੂੰ ਡੀਐਮ ਵੀ ਬਹੁਤ ਆਂਦੇ ਹੋਣੇ ਇੰਸਟਾਗ੍ਰਾਮ ਸੇ ਹਾਂਜੀ ਵੀਰੇ ਡੀਐਮ ਆਂਦੇ ਹੈਨਾ ਆ ਕਿੱਦਾਂ ਦੇ ਆਂਦੇ ਨੇ ਡੀਐਮ ਵੀਰੇ ਮੈਨੂੰ ਜ਼ਿਆਦਾਤਰ ਮਤਲਬ ਇਹ ਚੀਜ਼ਾਂ ਆਉਂਦੀ ਹੁੰਦੀਆਂ ਨੇ ਵੀ ਯਾਰ ਬਹੁਤ ਵਧੀਆ ਵੀਰੇ ਤੂੰ ਦਿਲ ਤੇ ਗੱਲ ਦਿਲ ਤੇ ਮਾਰਦਾ ਕਹਿੰਦੇ ਵੀ ਜਿਹੜੀ ਚੀਜ਼ ਤੂੰ ਬੋਲਦਾ ਹੈਨਾ ਵੀ ਮੈਨੂੰ ਐ ਲੱਗਦਾ ਵੀ ਅੱਜ ਮੇਰੇ ਨਾਲ ਹੋ ਗਈ ਤੇ ਜਾਇ ਇਦਾਂ ਦੇ ਬਾਈ ਤੇਰੇ ਨਾਲ ਆ ਸਪੋਰਟ ਆ ਤੇ ਮੈਂ ਉਹਨਾਂ ਦੇ ਰਿਪਲਾਈ ਵੀ ਕਰ ਦਨਾਂ ਨਾਲ ਵਿੱਚ ਵਿੱਚ ਕੁੜੀਆਂ ਦੇ ਮੈਸੇਜ ਆਉਂਦੇ ਵੀਰੇ ਬਹੁਤ ਘੈਂਟ ਰੱਬ ਤੈਨੂੰ ਤਰੱਕੀ ਦੇਵੇ ਤੁਸੀਂ ਦਿਲ ਤੇ ਮਾਰਦੇ ਹੋ ਹੈਨਾ ਜੀ ਕਹਿੰਦੇ ਵੀ ਤੁਹਾਨੂੰ ਰੱਬ ਤਰੱਕੀ ਦੇਵੇ ਤੁਹਾਡੀ ਉਮਰ ਲੰਬੀ ਕਰੇ ਤੁਸੀਂ ਬਹੁਤ ਘੈਂਟ ਤੁਸੀਂ ਟਾਈਮ-ਟਾਈਮ ਦੀਆਂ ਚੀਜ਼ਾਂ ਬੋਲਦੇ ਹੋ ਟਾਈਮ-ਟਾਈਮ ਦੀਆਂ ਚੀਜ਼ਾਂ ਬੋਲਦੇ ਹੋ ਹੈਨਾ ਤੇ ਫਿਰ ਜੀਆ ਵੀ ਹੋਣੀ ਕੋਈ ਨਾ ਕੋਈ ਨਹੀਂ ਵੀਰੇ ਜੀਆ ਫਣੀ ਕਿਉਂ ਵਿਆਹ ਕਰਾਵਾਂਗੇ ਵੀਰੇ ਫਿਰ ਗੈਰ ਹੀ ਕਰਾਵਾਂਗੇ ਸਿੱਧਾ ਹਾਂਜੀ ਇਹ ਚੀਜ਼ ਬਾਰੇ ਕਿਉਂਕਿ ਯਾਰ ਵੀਰੇ ਪਿਆਰ ਵਾਲੀ ਚੀਜ਼ ਤੇ ਪੈਣਾ ਹੀ ਨਹੀਂ ਯਾਰ ਪਿਆਰ ਵਾਲੀ ਚੀਜ਼ ਤੇ ਪੈਣਾ ਨਹੀਂ ਬਾਲਾ ਟੁੱਟੇ ਪਾਇਆ ਕੀ ਕਰੀਏ ਤੇ ਅੱਗੇ ਮਤਲਬ ਕਦੇ ਸੋਚਿਆ ਨਹੀਂ ਵੀ ਹਾਂ ਵੀ ਯਾਰ ਹੁਣ ਟੁੱਟੇ ਦਾ ਹੈਗਾ ਹੀ ਆ ਹਾਂ ਨਾ ਵੀ ਕਈ ਬੰਦੇ ਹੁੰਦੇ ਆ ਵੀ ਹਾਂ ਅਸੀਂ ਤਾਂ ਟੁੱਟਿਆਂ ਹੋਰਾਂ ਨੂੰ ਵੀ ਤੋੜਾਂਗੇ ਨਹੀਂ ਵੀਰੇ ਇਦਾਂ ਕਦੇ ਨਹੀਂ ਮੈਂ ਸੋਚਿਆ ਵੀ ਕਿਸੇ ਦੀ ਲਾਈਵ ਖਰਾਬ ਕਰਾਂ ਜਾਂ ਵੀ ਮਤਲਬ ਮੈਂ ਜੇ ਮੈਨੂੰ ਕੋਈ ਕਹਿੰਦਾ ਵੀ ਆ ਹਾਂ ਆਉਂਦੇ ਨੇ ਕਈ ਵਾਰੀ ਐ ਜਿਹੀਆਂ ਚੀਜ਼ਾਂ ਵੀਰ ਤੁਹਾਨੂੰ ਮੈਨੂੰ ਬਹੁਤ ਵਧੀਆ ਲੱਗਦਾ ਜੇ ਇਹ ਵੋ ਆ ਨਾ ਪਰ ਮੈਂ ਕਹਿ ਦਿੰਨਾ ਵੀ ਯਾਰ ਮੇਰੇ ਕੋਲੇ ਕੋਹ ਨਹੀਂ ਅਜੇ ਤਾਂ ਪਹਿਲਾਂ ਹੀ ਟੁੱਟੇ ਪਿਆ ਦੂਰ ਹੀ ਰਹਿ ਵਧੀਆ ਰਹੇਗਾ ਦੂਰ ਰਹਿ ਵਧੀਆ ਰਹੇਗਾ ਕਾਨੂੰ ਐਵੇਂ ਅੱਗ ਦੇ ਵਜ੍ਹਾ ਹੱਥ ਪਾਵਾਂਗੇ ਵੀਰੇ ਅੱਛਾ ਤੁਹਾਡੀ ਫੈਮਿਲੀ ਚ ਕੌਣ ਕੌਣ ਆ ਫੈਮਿਲੀ ਦੇ ਵਿੱਚ ਵੀਰੇ ਮੰਮੀ ਆ ਡੈਡੀ ਤੇ ਦਾਦੀ ਆ ਤੇ ਮੇਰੀ ਸਿਸਟਰਾਂ ਛੋਟੀ ਛੋਟੀ ਸਿਸਟਰ ਆ ਤੇ სპੋਰਟ ਕੌਣ ਕੌਣ ਕਰਦਾ ਹੈ ਫੈਮਿਲੀ ਚ სპੋਰਟ ਵੀਰੇ ਸਾਰੇ ਹੀ ਕਰਦੇ ਆ ਮੈਨੂੰ ਸਾਰੇ სპੋਰਟ ਕਰਦੇ ਆ ਕਿਉਂ ਕਦੇ ਡੀਮੋਟੀਵੇਟ ਸਟਾਰਟਿੰਗ ਚ ਕੀਤਾ ਹੋਵੇ ਵੀ ਕੀ ਕਰੀ ਜਾਣਾ ਤਾਂ ਸਾਰਾ ਦਿਨ ਬੈਠ ਕੇ ਹੈ ਫੋਨ ਤੇ ਲੱਗਿਆ ਰਹਿਣਾ ਇਹ ਮੇਰੇ ਡੈਡੀ ਜ਼ਿਆਦਾ ਕਹਿੰਦੇ ਹੁੰਦੇ ਆ ਵੀ ਯਾਰ ਤੂੰ ਮਤਲਬ ਅੱਜ ਤੁਹਾਡੇ ਕੋਲ ਇੰਟਰਵਿਊ ਹੋਈ ਆ ਪਹਿਲੀ ਜਿੱਦਾਂ ਹਾਂਜੀ ਕਹਿੰਦੇ ਵੀ ਕੋਈ ਕਿਹਦੇ ਦੀ ਇੰਟਰਵਿਊ ਹੁੰਦੀ ਆ ਮਤਲਬ ਕਿਹਦੇ ਨਾਈਆਂ ਦੀ ਵੀ ਇੰਟਰਵਿਊ ਚੱਲੀ ਜਾਂਦੀ ਸਿਲਬੂ ਨਾਲ ਦੀ ਤੇਰੀ ਤੂੰ ਇੰਨਾ ਕੁ ਕਰਦਾ ਚਲੋ ਠੀਕ ਆ ਵੀ ਦੂਨ ਕਦੇ ਕੁਝ ਕਰਕੇ ਵੀ ਦਿਖਾ ਹਨਾ ਵੀ ਐਦਾਂ ਕਰ ਓਦਾਂ ਕਰ ਪਰ ਮੇਰੇ ਘਰ ਦੇ ਮੈਨੂੰ ਫੇਰ ਵੀ ਅੰਦਰੋਂ ਅੰਦਰ ਹੀ ਫੁੱਲ ਸਪੋਰਟ ਕਰਦੇ ਵੀ ਕੋਈ ਚੱਕਰ ਨਹੀਂ ਜੇ ਮੈਂ ਘਰੇ ਕਹਿੰਦਾ ਵੀ ਮੈਂ ਚੱਲਿਆ ਅੱਜ ਜਾਂ ਮੈਂ ਫਰੈਂਡ ਕੋਲੇ ਜਾਣਾ ਮੈਂ ਵੀਡੀਓ ਬਣਾਉਣੀ ਆ ਜਾਂ ਐਦਾਂ ਕਰਨਾ ਕਦੇ ਨਹੀਂ ਰੋਕਿਆ ਕਿਸੇ ਨੇ ਵੀ ਵੀ ਬਣਾਓ ਫਰੈਂਡ ਸਰਕਲ ਚ ਕੌਣ ਕੌਣ ਸਪੋਰਟ ਕਰਦਾ ਫਰੈਂਡ ਸਰਕਲ ਚ ਵੀਰੇ ਮੇਰੇ 5-6 ਫਰੈਂਡ ਨੇ ਸਾਰੇ ਹੀ ਕਰਦੇ ਹੈਗੇ 5-6 ਫਰੈਂਡ ਨੇ ਸਾਰੇ ਹੀ ਕਰਦੇ ਹਾਂਜੀ ਅੱਛਾ ਜਿਵੇਂ ਕਈਆਂ ਨਾਲ ਬੀਤੀਆਂ ਹੁੰਦੀਆਂ ਨੇ ਗੱਲਾਂ ਹਨਾ ਤੁਸੀਂ ਦੱਸਿਓ ਵੀ ਤੁਹਾਡੇ ਨਾਲ ਉਹ ਚੀਜ਼ ਬੀਤੀ ਸੀ ਹੈਨਾ ਤੇ ਕੋਈ ਇਹੋ ਜੀ ਗੱਲ ਵੀ ਯਾਦ ਹੋਏਗੀ ਜਿਹੜੀ ਬਚਪਨ ਚ ਕੀਤੀ ਹੋ ਗਈ ਖਾਸੇ ਵਾਲੀ ਵੀ ਹਾਂ ਯਾਰ ਇਸ ਦਿਨ ਕੁੱਟੇ ਪਈ ਸੀ ਚੰਗਾ ਕੁੱਟਿਆ ਸੀ ਕਿਸੇ ਨੇ ਬਚਪਨ ਤੇ ਵੀਰੇ ਯਾਰ ਮੇਰੇ ਨਾਲ ਹੋਇਆ ਸੀ ਇਹਨੂੰ ਦੋ ਤਿੰਨ ਵਾਰੀ ਹੋਇਆ ਜਾਂ ਕੋਈ ਮਸਤੀ ਵਗੈਰਾ ਕੀਤੀ ਹੋਈ ਨਹੀਂ ਸੀ ਇਹ ਨਹੀਂ ਹੋਇਆ ਸੀ ਮੈਨੂੰ ਮੁੰਡੇ ਦੇ ਡੈਡੀ ਨੇ ਕੁੱਟਾਈ ਬਹੁਤ ਕਿਉਂ ਯਾਰ ਹਨਾ ਮੈਂ ਛੋਟਾ ਹੁੰਦਾ ਸੀਗਾ ਤੇ ਮੈਂ ਬਾਈ ਉੱਥੇ ਜਾ ਰਿਹਾ ਸੀਗਾ ਲੰਗਰ ਖਾਣਾ ਹੂੰ ਸਾਡੇ ਗੁਰਦੁਆਰਾ ਸਾਹਿਬ ਆ ਬਾਰ-ਬਾਰ ਤੇ ਮੈਂ ਉਹਦੇ ਮੁੰਡਾ ਉਹਦਾ ਮੁੰਡਾ ਹੀ ਮੇਰਾ ਫਰੈਂਡ ਸੀਗਾ ਤੇ ਹੁਣ ਵੀ ਫਰੈਂਡ ਹੀ ਆ ਤੇ ਕਦੇ ਕਦੇ ਉਹਨੂੰ ਉਹਦਾ ਫੇਸ ਦੇਖ ਕੇ ਹਾਸਾ ਆ ਜਾਂਦਾ ਵੀ ਯਾਰ ਕੀ ਗੱਲਾਂ ਨੇ ਤੇ ਮੈਂ ਜਾ ਰਿਹਾ ਸੀ ਸਾਨੂੰ ਸਰ ਕਹਿੰਦੇ ਵੀ ਲੈਣ ਤੇ ਜਾਓ ਤੁਸੀਂ ਵੀ ਬਿਨਾ ਬਾਹਰ ਨਹੀਂ ਹੋਣਾ کہیں ਲੈਣ ਤੋਂ ਤੇ ਮੈਂ ਕਹਾਂ ਮੈਂ ਆਪਦੇ ਆਪ ਨੂੰ ਬੜਾ ਤਕੜਾ ਘੁੰਦਾ ਹੀ ਪਤਾ ਨਹੀਂ ਮੈਂ ਕੀ ਆ ਹਨ ਤੇ ਚਲ ਮੈਨੂੰ ਮਾਸਟਰ ਮੈਂ ਕਬੱਡੀ ਖੇਡਦਾ ਹੁੰਦਾ ਹੀ ਜਾਂ ਕ੍ਰਿਕਟ ਖੇਡਦਾ ਹੁੰਦਾ ਸੀ ਗੂਗਲ ਦੇ ਵਿੱਚ ਵੀ ਮੈਂ ਛੋਟਾ ਆ ਸਿਕਸ ਦੀ ਗੱਲ ਆ ਇਹ ਤੇ ਚਲੋ ਮੈਂ ਉਹਦੇ ਮੁੰਡੇ ਨੂੰ ਫੜ ਲਿਆ ਉਹ ਮੇਰੇ ਨਾਲ ਔਖਾ ਹੋਣ ਲੱਗ ਗਿਆ ਮੈਂ ਫੜ ਲਾ ਮੈਂ ਟਾ ਲਿਆ ਬਾਈ ਤੇ ਚਲੋ ਸਾਡੀ ਲੜਾਈ ਚੱਲ ਵੀ ਉਹਨਾਂ ਦੀ ਮੋਟਰ ਵੀ ਗੋਲੇ ਹੀ ਆ ਉਥੇ ਉਹਦਾ ਰੇੜੀ ਲਾਉਂਦਾ ਹੀ ਪਾਣੀ ਉਹਨੇ ਦੇਖ ਲਿਆ ਭਾਈਓਏ ਮੈਨੂੰ ਫੜ ਲਿਆ ਜਿੰਨੀਆਂ ਪੈਂਦੀਆਂ ਨੇ ਪੈਣ ਦੇ ਐਡੀ ਕੀ ਸਿੱਡੀ ਸੀ ਉਹਦੇ ਕੋਲੇ ਡਾਂਗ ਸੀ ਕਦੇ ਡਾਂਗ ਚੱਕ ਲਿਆ ਕਰੇ ਕਦੇ ਚੱਪਲ ਲਾ ਲਿਆ ਕਰੇ ਬਾਹਲਾ ਕੁੱਟਿਆ ਬਈ ਬੁਖਾਰ ਜਾੜਾਤਾ ਮੈਨੂੰ ਗੱਡ ਗੱਡ ਬੁਖਾਰ ਜਾੜਾਤਾ ਮੈਨੂੰ ਡਰ ਲੱਗਣ ਲੱਗਿਆ ਮੈਂ ਬੰਦੇ ਦੇ ਮੂਹਰੇ ਨਹੀਂ ਗਿਆ ਕਦੇ ਕਰੇ ਦੱਸਿਆ ਹੀ ਨਹੀਂਗਾ ਅੱਗੇ ਯਾਰ ਕਰੇਗੀ ਦੱਸਦਾ ਕਰੇਗੀ ਦੱਸਦਾ ਪਹਿਲਾਂ ਮੈਂ ਉਹਨੂੰ ਕੁੱਟਿਆ ਵੀ ਹੁਣ ਆਪ ਛੜਾਇਆ ਵੀ ਮੈਨੂੰ ਮੁੰਡੇ ਨਹੀਂ ਸੀਗਾ ਛੜਾਇਆ ਫਿਰ ਬਾਜ ਉਹ ਆੜੀ ਵੀ ਪਾਤੀ ਉਹਦੇ ਡੈਡੀ ਨੇ ਆਪ ਹੀ ਕਹਿੰਦਾ ਤੁਸੀਂ ਲੜਿਆ ਨਾ ਕਰੋ ਤੁਸੀਂ ਵਧੀਆ ਹੋਗੇ ਬਾਅਦ ਚਾੜੀ ਪਾਦੀ ਪਰ ਉਹਨੇ ਆਪਦੇ ਮੁੰਡੇ ਨੂੰ ਨੀ ਕੋ ਗਿਆ ਮੈਨੂੰ ਗੁੱਟਿਆ ਫੁੱਲ ਨਹੀਂ ਪਹਿਲਾਂ ਗੁੱਟ ਲਿਆ ਫਿਰ ਬਾਅਦ ਚਾੜੀ ਬਾਅਦ ਚਾੜੀ ਪਵਾਦੀ ਤਾਂ ਕਿ ਮੇਰੇ ਮੁੰਡੇ ਨੂੰ ਨਾ ਗੁੱਟੇ ਹਾਂ ਮੇਰੇ ਆਪਦੇ ਮੁੰਡੇ ਨੂੰ ਕੁਝ ਨਹੀਂ ਗਿਆ ਵੀਰੇ ਮੈਨੂੰ ਫੁੱਲ ਸੁਲ ਗਿਆ ਫੁੱਲ ਗੁੱਟਿਆ ਤੇ ਜਿਵੇਂ ਇੰਸਟਾਗ੍ਰam ਤੇ ਅੱਜ ਕੱਲਹਾਂ ਕੰਟਰੋਵਰਸੀ ਵੀ ਚੱਲਦੀ ਹੈ ਹੈਨਾ ਤੁਹਾਡੇ ਵੀ ਕਿਸੇ ਨਾ ਹੋਏ ਮੇਰੀ ਵੀਰੇ ਕੰਟਰੋਵਰਸੀ ਅੱਜ ਤੱਕ ਨਾ ਮੇਰਾ ਇਹੋ ਜਿਹਾ ਕੋਈ ਮੈਟਰ ਹੀ ਨਹੀਂ ਹਾਂਜੀ ਅੱਛਾ ਇੱਕ ਤਾਂ ਹੋਰ ਕਈ ਹੈ ਨਾ ਆਪਾਂ ਕੰਟਰੋਵਰਸੀ ਇਹ ਜਾਣ ਕੇ ਕ੍ਰੀਏਟ ਕਰਦੇ ਨੇ ਵੀ ਫੇਮ ਵਾਸਤੇ ਕੀ ਅਸਲੀ ਜੀ ਕੌਂਟਰੋਵਰਸੀ ਹੁੰਦੀ ਇਹਨਾਂ ਦੀ ਇਹ ਵੀਰੇ ਯਾਰ ਜਾਣ ਕੀ ਕਰਦੇ ਨੇ ਪਤਾ ਕੀ ਆ ਅੱਜ ਕੱਲ ਲੋਕਾਂ ਦੇ ਸਿਰ ਤੇ ਭੂਤ ਸਵਾਰ ਹੋਇਆ ਵੀ ਫਾਲੋ ਲੈਣੇ ਆ ਹਾਂਜੀ ਕਿਉਂਕਿ ਮੈਨੂੰ ਬਹੁਤ ਮੈਸੇਜ ਆਉਂਦੇ ਆ ਵੀਰੇ ਮੇਰੇ ਫਾਲੋ ਵਧਾ ਦੇ ਯਾਰ ਮੈਂ ਮਸ਼ੀਨ ਆ ਫਾਲੋ ਵਧਾਉਣ ਵਾਲੀ ਮੈਂ ਕਿਵੇਂ ਵਧਾਦਾ ਬਾਈ ਜੇ ਮੈਂ ਕਹਾਂ ਮੇਰਾ ਇੰਸਟਾਗ੍ਰam ਹੋਵੇ ਨਾ ਮੈਂ ਸਾਰਿਆਂ ਦੇ ਫਾਲੋ ਦੇ ਦਾਂ ਵੀ ਇੰਨੇ ਨੇ ਲੈ ਲਓ ਯਾਰ ਤੁਸੀਂ ਚੱਕੋ ਕੋਈ ਚੱਕਰ ਨਹੀਂ ਤੇ ਇਹ ਬਾਈ ਕੌਂਟਰੋਵਰਸੀ ਕਰਦੇ ਨੇ ਜਿਹੜੇ ਬੰਦੇ ਦੇ ਸਾਰੇ ਕੁਝ ਹਾਰ ਜਾਂਦਾ ਬੰਦਾ ਵੀ ਮੈਨੂੰ ਯਾਰ ਕੁਝ ਨਹੀਂ ਕੋਈ ਨਹੀਂ ਮੇਰਾ ਹੱਲ ਹੈ ਹੀ ਨਹੀਂ ਉਹ ਬੰਦਾ ਕਰਦਾ ਬਾਈ ਕੌ ਕੌਂਟਰੋਵਰਸੀ ਦਾ ਸਿੱਧਾ ਸਿੱਧਾ ਮੀਨ ਹੈਗਾ ਵੀਰੇ ਵੀ ਬੰਦੇ ਫਾਲੋ ਲੈਣ ਦੇ ਮਾਰੇ ਲੋਕਾਂ ਨੂੰ ਪਿੱਛੇ ਲਾਉਣ ਦੇ ਮਾਰੇ ਉਹ ਕਰਦੇ ਨੇ ਉਹ ਬੰਦੇ ਮੈਨੂੰ ਨਹੀਂ ਲੱਗਦਾ ਵੀ ਆਪਦੇ ਕਮੈਂਟ ਪੜਦੇ ਅੱਛਾ ਤੁਸੀਂ ਵੀ ਕੋਈ ਦਿਮਾਗ ਤੇ ਇਹ ਜੀ ਸਟਰੈਟਜੀ ਸੋਚੀ ਹੋਣੀ ਵੀ ਹਾਂ ਯਾਰ ਕਿਸੇ ਇਹਨਾਂ ਲੋਕਾਂ ਦੀ ਇਹ ਸੋਚ ਚੇਂਜ ਕਰਨੀ ਹੈ ਬਹੁਤ ਕੁਝ ਵੀਰੇ ਘਰੇ ਪਿਆ ਹੁਣ ਮੇਰੇ ਯਾਦ ਨਹੀਂ ਲਿਖਿਆ ਵੀ ਕਦੇ ਨਾ ਕਦੇ ਮਤਲਬ ਜਿਹਦਾ ਜਿਵੇਂ ਹੁਣ ਸਿਮਰਨ ਸੀਗੀ ਕੁੜੀ ਹਾਂਜੀ ਉਹਨੇ ਗਾਣਾ ਕੀਤਾ ਉਹ ਮੈਨੂੰ ਬਹੁਤ ਘੈਂਟ ਲੱਗਿਆ ਉਦਾਂ ਦੀਆਂ ਚੀਜ਼ਾਂ ਹੀ ਮੈਂ ਲੈ ਕੇ ਆਉਂਗਾ ਜੇ ਅੱਗੇ ਲੈ ਕੇ ਆਇਆ ਓਵੇਂ ਦੀ ਹਾਂਜੀ ਮਤਲਬ ਸਿਮਰਨ ਕਿਹੜ ਜਿੰਨਾਂ ਦਾ ਹੁਣੇ ਨਵਾਂ ਗਾਣਾ ਆਸੀ ਲਹੂ ਦੀ ਆਵਾਜ਼ ਹੈ ਨਾ ਤੇ ਤੁਸੀਂ ਉਦਾਂ ਦਾ ਹੀ ਗਾਣੇ ਕੱਢੋਗੇ ਅੱਗੇ ਹਾਂਜੀ ਉਦਾਂ ਦਾ ਹੀ ਗਾਣੇ ਕੱਢਣੇ ਮੇਰਾ ਪਹਿਲਾ ਗਾਣਾ ਵੀ ਮੋਟੀਵੇਸ਼ਨ ਹੀ ਹੋਊਗਾ ਪਹਿਲਾ ਗਾਣਾ ਵੀ ਮੋਟੀਵੇਸ਼ਨਲ ਹੀ ਹੋਊਗਾ ਅੱਛਾ ਤੁਸੀਂ ਇੰਸਟਾਗ੍ਰam ਤੇ ਕਿੰਨੇ ਫਾਲੋਅਰ ਦਾ ਡ੍ਰੀਮ ਲੈ ਕੇ ਚੱਲੇ ਹੋ ਮੈਂ ਵੀਰੇ ਕਦੇ ਨਹੀਂ ਮੈਂ ਤਾਂ ਡ੍ਰੀਮ ਡ੍ਰੋਮ ਲੈਂਦਾ ਇੰਸਟਾਗ੍ਰam ਦੇ ਮੇਰਾ ਇਹ ਹੋ ਜੇ ਬਹੁਤ ਜੇ ਸਟਾਰਟਿੰਗ ਤੋਂ ਸੀਗਾ ਬੀਆਰਪੀ ਮੇਰਾ ਟਿਕਟੌਕ ਤੋਂ 70 ਕੇ ਹੋਇਆ ਨਹੀਂ ਮਤਲਬ 100 ਕੇ ਨਹੀਂ ਹੋਇਆ 70 ਤੋਂ ਸਟਾਰਟ ਸੀਗਾ ਤੇ ਉਹ ਦੂਆ ਬੰਦ ਹੋ ਗਈ ਤੇ ਇੰਸਟਾ ਤੇ ਜੇ ਇੱਕ ਵੀਡੀਓ ਮੇਰੀ ਚੱਲ ਗਈ ਉਦੋਂ ਬਾਅਦ ਸੋਚ ਲਿਆ ਸੀ ਕਿ ਮੈਂ ਸੌ ਕਰਨਾ ਹੀ ਕਰਨਾ ਅੱਛਾ ਤੁਸੀਂ ਸਾਡੇ ਪਲੇਟਫਾਰਮ 'ਤੇ ਆਏ ਆਪਣੇ ਫੈਨ ਆ ਫਿਰ ਵਿਜ਼ਰ ਨੂੰ ਕੁਝ ਕਹਿਣਾ ਚਾਹੋਗੇ ਬਸ ਵੀਰੇ ਇਹੀ ਕਹਿਣਾ ਚਾਹੁੰਦੇ ਆ ਵੀ ਹਿੰਮਤ ਨਹੀਂ ਹਾਰੀਦੀ ਹੁੰਦੀ ਤੇ ਮਿਹਨਤ ਕਰੀਦੀ ਹੁੰਦੀ ਆ ਬੋਲੇ ਹੋ ਜਾਈਦਾ ਕੋਈ ਨਹੀਂ ਹੁੰਦਾ ਲੋਕ ਕਹਿੰਦੇ ਰਹਿੰਦੇ ਆਗੇ ਵੀ ਤੂੰ ਹਟ ਜਾ ਜੇ ਇਹ ਕਰ ਲਾ ਜੇ ਤੁਸੀਂ ਕੁਝ ਬੰਨਣਾ ਚਾਹੁੰਦੇ ਹੋ ਤਾਂ ਮਿਹਨਤ ਨਾਲ ਸਾਰਾ ਕੁਝ ਕਰੋ ਬਾਕੀ ਬਾਈ ਲਾਈਫ ਇੱਕ ਟਾਈਮ ਮਿਲਦੀ ਆ ਜੇ ਮੈਂ ਕੁਝ ਬੋਲਦਾ ਹੁੰਦਾ ਮੈਨੂੰ ਕੋਈ ਗਲਤੀ ਹੋ ਜਾਂਦੀ ਦੀ ਉਹਨੂੰ ਦਿਲ ਤੇ ਨਾ ਲੈ ਕੇ ਜਾਇਆ ਕਰੋ ਕਿਉਂਕਿ ਮੇਰੇ ਤੇ ਆਪ ਲੱਗੀ ਹੋਈ ਆ ਵੀਰੇ ਹਾਂਜੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਵੀ ਮੈਂ ਇਹ ਚੀਜ਼ ਉਹਦਾ ਨਾ ਵੀ ਮੈਂ ਜਿਹੜੀ ਚੀਜ਼ ਬੋਲੀ ਆ ਵੀ ਉਹ ਹਰੇਕ ਦੇ ਦਿਲ ਤੇ ਲੱਗੀ ਹੋਈ ਆ ਹਰੇਕ ਦੇ ਤਾਂ ਮੈਨੂੰ ਲੋਕ ਪਿਆਰ ਕਰਦੇ ਆ ਤਾਂ ਤੁਹਾਨੂੰ ਲੋਕ ਪਿਆਰ ਕਰੋ ਬਾਈ ਦਿਲ ਦੇ ਨਾਲ ਆਇਆ ਕਰੋ ਮੈਂ ਵੀ ਖੁਸ਼ੀ ਰਹਿਣਾ ਕੋਈ ਚੱਕਰ ਨਹੀਂ ਹੋ ਜਾਂਦਾ ਸੋ ਥੈਂਕ ਯੂ ਸਨੀ ਜੀ ਸੋ ਇਹ ਸਾਡੇ ਸਨੀ ਜੀ ਫੇਰ ਮਿਲਾਂਗੇ ਇਹ ਜੀ ਉੱਪਰ ਦੇ ਸਤਾਰੇ ਦੇ ਨਾਲ ਸ਼ਸ਼ਟਿਏ ਕਾਲ 35 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ